दंडावत बंधन अनिक बार सर्व कला समरथ डोलन ते राखो प्रभु नानक दे कर हाथ ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी वाहे गुरु वाहे गुरु वाहे गुरु चानन होआ सतगुर नानक परगटिया मेरी सुंद जग चानन होआ सतगुर नानक परगटिया मेरी सुंद जग चानन होआ सतगुर नानक परगटिया सतगुर नानक परगटिया
ستگر نانک پرگٹیا ستگر نانک پرگٹیا
ਤੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰ ਗਿਆ ਮਿੱਟੀ ਤੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰ ਗਿਆ ਮਿੱਟੀ ਤੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰ ਗਿਆ ਮਿੱਟੀ ਤੁੰਦ ਜਗ ਚਾਨਣ ਹੋਆ ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਸਤਿਸੰਗੀ ਜਣੋ ਬੜਭਾਗੇ ਹਾਂ ਸਤਿਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਅਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਸਾਰੀਆਂ ਸੰਗਤਾਂ ਨੂੰ ਗੁਰੂ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੋ ਇਹ ਪ੍ਰਕਾਸ਼ ਪੁਰਬ ਦੇ ਦਿਨ ਚੱਲ ਰਹੇ ਹੈ ਟਿਕਵਾਂ ਟਿਕਵਾਂ ਆਪਾਂ ਵਿਚਾਰ ਕਰਾਂਗੇ ਕਿਉਂਕਿ ਆਵਾਜ਼ਾਂ ਆਸੇ ਪਾਸਿਓਂ ਬਹੁਤ ਜ਼ਿਆਦਾ ਹੈ ਸੋ ਭਾਈ ਗੁਰਦਾਸ ਜੀ ਦੀ ਵਾਰ ਦੀ ਇੱਕ ਪੌੜੀ ਦਾ ਗਾਇਨ ਕੀਤਾ ਆਪਾਂ ਇਸ ਪੌੜੀ ਦੀ ਵਿਚਾਰ ਕਰਾਂਗੇ ਨਾਲ ਨਾਲ ਗੁਰਬਾਣੀ ਵਿੱਚੋਂ ਦਰਸ਼ਨ ਕਰਾਂਗੇ ਸਾਖੀਆਂ ਇਸ਼ਾਰੇ ਮਾਤਰ ਸੋ ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਸਤਿਗੁਰ ਨਾਨਕ ਪ੍ਰਗਟਿਆ ਧੁੰਦ ਮਿੱਟ ਗਈ ਮਿੱਟੀ ਧੁੰਦ ਜਗ ਚਾਨਣ ਹੋਆ ਜਗ ਦੇ ਵਿੱਚ ਚਾਨਣ ਹੋ ਗਿਆ ਇਹ ਤਾਂ ਅੱਖਰੀ ਅਰਥ ਹੈ ਨਾ ਭਾਵ ਕੀ ਹੈ ਕਿ ਜਦੋਂ ਕਿਸੇ ਦੇ ਜੀਵਨ ਦੇ ਵਿੱਚ ਗੁਰੂ ਪ੍ਰਗਟ ਹੁੰਦਾ ਹੈ ਸਿਰਫ ਸਰੀਰਕ ਜਨਮ ਲੈ ਲੈਣਾ ਹੀ ਪ੍ਰਗਟ ਹੋਣਾ ਨਹੀਂ ਹੁੰਦਾ ਮਾਫ ਕਰਨਾ ਸਾਡੇ ਜੀਵਨ ਦੇ ਵਿੱਚ ਗੁਰੂ ਉਦੋਂ ਪ੍ਰਗਟ ਹੁੰਦਾ ਹੈ ਜਿਸ ਵੇਲੇ ਅਸੀਂ ਗੁਰੂ ਜੀ ਨੂੰ ਧਿਆਨ ਲਾ ਕੇ ਕਹਿ ਦਿਓ ਭੈਣਾ ਸੁਣਦੇ ਸਮਝਦੇ ਤਾਂ ਸਾਡੇ ਜੀਵਨ 'ਚ ਗੁਰੂ ਪ੍ਰਗਟ ਹੁੰਦਾ ਹੈ ਸਿਰਫ ਗੁਰੂ ਵੇਖ ਕੇ ਜਾਂ ਫੋਟੋ ਵੇਖ ਕੇ ਹੀ ਸਾਡੇ ਜੀਵਨ 'ਚ ਗੁਰੂ ਨਹੀਂ ਆ ਜਾਂਦਾ ਫੋਟੋ ਤਾਂ ਛੱਡੋ ਸਰੀਰ ਵੇਖ ਕੇ ਵੀ ਗੁਰੂ ਸਾਡੇ ਜੀਵਨ 'ਚ ਨਹੀਂ ਆ ਜਾਂਦਾ ਪ੍ਰਤੱਖ ਦੇਖ ਕੇ ਵੀ ਉਦਾਹਰਨ ਦੇ ਦੇ ਗੱਲ ਤੁਹਾਡੇ ਪਕੜ 'ਚ ਆ ਜੇ ਜਦੋਂ ਸੱਜਣ ਠੱਗ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਲਿਆ ਸੀ ਨਾ ਜਦੋਂ ਗੁਰੂ ਬਾਬਾ ਜੀ ਗਏ ਉਹਦੀ ਕਤਲਗਾਹ 'ਚ ਕਿ ਵੇਖ ਕੇ ਉਹਦੇ ਜੀਵਨ 'ਚ ਗੁਰੂ ਆ ਗਿਆ ਨਾ ਉਹ ਖਾਣਾ ਵੇਖ ਕੇ ਪਤਾ ਕੀ ਸੋਚੇ ਕਹਿੰਦੇ ਅੱਜ ਤਾਂ ਕੋਈ ਅਮੀਰ ਬੰਦਾ ਫਸ ਗਿਆ ਤਕੜੀ ਮੋਟੀ ਸਾਮੀ ਲੱਗਦੀ ਹੈ ਤਕੜੀ ਮੋਟੀ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਅੱਖਾਂ ਨਾਲ ਵੇਖਣ ਤੋਂ ਬਾਅਦ ਵੀ ਸੱਜਣ ਠੱਗ ਗੁਰੂ ਨਾਨਕ ਸਾਹਿਬ ਨੂੰ ਮਾਰ ਨੂੰ ਫਿਰਦਾ ਸੀ ਕਿ ਨਾ ਬੋਲੋ ਤੇ ਪ੍ਰਗਟ ਕਦੋਂ ਹੋਇਆ ਗੁਰੂ ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠਣਾ ਉਤਰੈ ਜੇ ਸੋ ਧੋਮਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਸਾਰਾ ਸ਼ਬਦ ਤੁਸੀਂ ਪੜ੍ਹ ਲਿਓ ਧਿਆਨ ਲਾ ਕੇ ਸੁਣਿਆ ਸੱਜਣ ਨੇ ਧਿਆਨ ਲਾ ਕੇ ਗੁਰੂ ਪ੍ਰਗਟ ਹੋ ਗਿਆ ਸੁਰਤ ਦੇ ਵਿੱਚ ਕੀਤੇ ਮਾੜੇ ਕੰਮਾਂ 'ਤੇ ਤੋਬਾ ਕੀਤੀ ਚਰਨੀ ਪੈ ਗਿਆ ਅਤੇ ਜਦੋਂ ਗੁਰੂ ਪ੍ਰਗਟ ਹੋ ਗਿਆ ਗੁਰੂ ਨੇ
ਰਾਹ ਮਾਰ ਨੂੰ ਰਾਹ ਮਾਰ ਸੀ ਨਾ ਬੇਟਾ ਉਹ ਦੇਖੋ ਮਾਰ ਦਿੰਦਾ ਸੀ ਰਾਹੀਆਂ ਨੂੰ ਰਾਹ ਮਾਰ ਡਾਕੂ ਰਾਹ ਮਾਰ ਨੂੰ ਰਾਹ ਨੁਮਾ ਬਣਾ ਦਿੱਤਾ ਉਹੀ ਸੱਜਣ ਠੱਗ ਜਦੋਂ ਗੁਰੂ ਪ੍ਰਗਟ ਹੋ ਗਏ ਤੇ ਜੀਵਨ ਚ ਭਾਈ ਸੱਜਣ ਬਣ ਕੇ ਸਿੱਖੀ ਦਾ ਪ੍ਰਚਾਰਕ ਬਣ ਕੇ ਜਿਨ੍ਹਾਂ ਰਾਹੀਆਂ ਨੂੰ ਮਾਰਦਾ ਹੁੰਦਾ ਸੀ ਉਹਨਾਂ ਰਾਹੀਆਂ ਨੂੰ ਹੁਣ ਉਹ ਵੀ ਰੱਬ ਦਾ ਰਾਹ ਦੱਸਣ ਲੱਗ ਗਿਆ ਰਾਹ ਮਾਰ ਰਾਹ ਨੁਮਾ ਬਣ ਗਿਆ ਬੋਲੋ ਸਤਨਾਮ ਦੇਖਿਆ ਜਦੋਂ ਗੁਰੂ ਪ੍ਰਗਟ ਹੋ ਗਿਆ ਰਾਹ ਮਾਰ ਰਾਹ ਨੁਮਾ ਬਣ ਗਿਆ ਡਾਕੂ ਠੱਗ ਪ੍ਰਚਾਰਕ ਬਣ ਗਿਆ ਕਿਉਂਕਿ ਹੁਣ ਜੀਵਨ ਵਿੱਚ ਆ ਗਿਆ ਉਹਦੀ ਸੁਰਤ ਵਿੱਚ ਆ ਗਿਆ ਗੁਰੂ ਕਦੋਂ ਆਇਆ ਹੁਣ ਸਪਸ਼ਟ ਹੋ ਗਈ ਨਾ ਗੱਲ ਏਦਾਂ ਆਉਂਦਾ ਗੁਰੂ ਸੁਰਤ ਵਿੱਚ ਹੋਰ ਲੈ ਲਓ ਉਦਾਹਰਨ ਕਿ ਨਾਲ ਸਾਖੀਆਂ ਹੋਈ ਜਾਣਗੀਆਂ ਫਿਰ ਜਿਸ ਵੇਲੇ ਹੁਣ ਸੱਜਣ ਠੱਗ ਕੀ ਬਣ ਗਿਆ ਭਾਈ ਸੱਜਣ ਬਣ ਗਿਆ ਠੱਗ ਕਹਿਣ ਨੂੰ ਜੀ ਨਹੀਂ ਕਰਦਾ ਕਿਉਂ ਉਹ ਭਾਈ ਸੱਜਣ ਬਣ ਗਿਆ ਬਾਅਦ ਵਿੱਚ ਸਿੱਖੀ ਦਾ ਪ੍ਰਚਾਰਕ ਬਣਿਆ ਪਰ ਪਿਛੋਕੜ ਦੱਸਣਾ ਪੈਂਦਾ ਪ੍ਰਚਾਰਕ ਨੂੰ ਦੱਸਣਾ ਤਾਂ ਪਊਗੀ ਨਾ ਪਿਛੋਕੜ ਬਾਕੀ ਇੱਕ ਗੱਲ ਹੋਰ ਵੀ ਸਿਆਣੇ ਕਹਿੰਦੇ ਭੈਣ ਜੀ ਕਿ ਕਈ ਵਾਰੀ ਨਾ ਚੰਦਰੀ ਅੱਲ ਨਹੀਂ ਜਾਂਦੀ ਸੱਜਣ ਭਾਈ ਸੱਜਣ ਬਣ ਗਿਆ ਪਰ ਠੱਗ ਵਾਲੀ ਅੱਲ ਨਹੀਂ ਗਈ ਸਿਆਣੇ ਕਹਿੰਦੇ ਜ਼ਖਮ ਤਾਂ ਹੀਲ ਹੋ ਜਾਂਦਾ ਪਰ ਕਈ ਵਾਰੀ ਨਾ ਜ਼ਖਮ ਦਾ ਦਾਗ ਨਹੀਂ ਜਾਂਦਾ ਜ਼ਖਮ ਦਾ ਦਾਗ ਰਹਿ ਜਾਂਦਾ ਅਜੇ ਵੀ ਜਦੋਂ ਮੂੰਹ ਚੋਂ ਨਿਕਲੂ ਸੱਜਣ ਠੱਗ ਹੀ ਨਿਕਲਦਾ ਮਾਫ਼ ਕਰਨਾ ਪਰ ਨਹੀਂ ਉਹ ਤਾਂ ਭਲਾ ਹੋ ਗਿਆ ਉਹਦੇ ਜੀਵਨ 'ਚ ਤਾਂ ਗੁਰੂ ਕਹਿ ਦਿਆ ਕਰੋ ਪ੍ਰਗਟ ਹੋ ਗਿਆ ਹੁਣ ਪ੍ਰਗਟ ਦੀ ਗੱਲ ਸ਼ੁਰੂ ਹੋ ਗਈ ਕਥਾ ਨਾ ਐਂ ਪ੍ਰਗਟ ਹੁੰਦਾ ਫੋਟੋ ਦੇਖ ਕੇ ਗੁਰੂ ਜੀਵਨ 'ਚ ਨਹੀਂ ਆਉਂਦਾ ਦੇਹ ਦੇਖ ਕੇ ਵੀ ਨਹੀਂ ਆਉਂਦਾ ਫੋਟੋ ਦੇਖ ਕੇ ਤਾਂ ਕੀ ਆਉਣਾ ਦੇਹ ਦੇਖ ਕੇ ਵੀ ਨਹੀਂ ਗੱਲ ਬਣਦੀ ਅਸੀਂ ਤਾਂ ਦੇਹ ਦੀਆਂ ਫੋਟੋਆਂ 'ਤੇ ਆ ਗਏ ਉਹ ਵੀ ਨਕਲੀ ਸਾਰੀਆਂ ਸਾਡੇ ਜੀਵਨ 'ਚ ਗੁਰੂ ਕਿੱਥੋਂ ਆਵੇ ਹੋਰ ਲੈ ਲਓ ਇਸੇ ਢੰਗ ਨਾਲ ਸਾਖੀਆਂ ਹੋ ਜਾਣਗੀਆਂ ਫਿਰ ਇੱਕ ਗੱਲ ਹੋਰ ਯਾਦ ਰੱਖਿਓ ਗੁਰੂ ਬਾਬਾ ਜੀ ਨੂੰ ਜੋ ਸੁਣਦੇ ਹਾਂ ਅਤੇ ਨਾਲ ਨਾਲ ਗੁਰੂ ਬਾਬਾ ਜੀ ਵੱਡੇ ਵੱਡੇ ਮਸਲੇ ਹੈ ਨਾ ਜਿਹੜੇ ਇੱਕ ਮੈਂ ਹੋਰ ਨੁਕਤਾ ਨਾਲ ਲੈਂਦਾ ਜਾਵਾਂ ਨਾਲ ਨਾਲ ਵੀ ਹੱਸ ਕੇ ਹੀ ਹੱਲ ਕਰ ਦਿੰਦੇ ਹੈ ਮੇਰਾ ਬਾਬਾ ਹੱਸਦਾ ਭਾਵੇਂ ਉਮਰ ਛੋਟੀ ਹੈ ਪਰ ਹਾਸਾ ਉਹਨਾਂ ਦਾ ਬਾਬਿਆਂ ਵਾਲਾ ਹੀ ਹੈ ਬਚਪਨ ਤੋਂ ਹੀ ਬਹੁਤ ਗਹਿਰ ਗੰਭੀਰ ਹੈ ਨਾ ਹਾਂਜੀ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰ ਉਹਨਾਂ ਦੇ ਹਾਸੇ ਬਚਪਨ ਤੋਂ ਹੀ ਬਾਬਿਆਂ ਵਾਲੇ ਹੈ ਸਰੀਰ ਨਹੀਂ ਬਾਬਿਆਂ ਵਾਲਾ ਸੀ ਆਪਾਂ ਸ਼ੁਰੂ ਤੋਂ ਕਥਾ ਕਹੀਏ ਤਾਂ ਨਹੀਂ ਪਰ ਉਹਨਾਂ ਦੀ ਸ਼ਖਸੀਅਤ ਜਗਤ ਗੁਰੂ ਬਾਬੇ ਵਾਲੀ ਹੈ ਬਾਬਾ ਵੀ ਕੈਸਾ ਜਗਤ ਗੁਰੂ ਜਗਤ ਗੁਰੂ ਜਿਵੇਂ ਬਾਬਾ ਚਾਹੁੰਦਾ ਹੁੰਦਾ ਸਾਰਾ ਪਰਿਵਾਰ ਸੁਖੀ ਵਸੇ ਲੜਨ ਨਾ ਬੱਚੇ ਇੱਦਾਂ ਹੀ ਮੇਰਾ ਗੁਰੂ ਨਾਨਕ ਬਾਬਾ ਸਾਰੀ ਦੁਨੀਆਂ ਨੂੰ ਸੁਖੀ ਵੇਖਣਾ ਚਾਹੁੰਦਾ ਹੱਸਦਾ ਬਾਬਾ ਉਸ ਵੇਲੇ ਸੱਜਣ ਨੂੰ ਵੇਖ ਕੇ ਵੀ ਜਦੋਂ ਉਹਦੀ ਕਤਲਗਾਹ 'ਤੇ ਗਏ ਸੀ ਕਤਲਗਾਹ ਸੀ ਨਾ ਦੇਖਣ ਨੂੰ ਤਾਂ ਕੀ ਲੱਗਦਾ ਸੀ ਵੀ ਕੋਈ ਧਰਮ ਸਥਾਨ ਹੈ ਪਰ ਸੀ ਕਤਲਗਾਹ ਉਸ ਸੱਜਣ ਨੂੰ ਵੇਖ ਕੇ ਵੀ ਹੱਸਿਆ ਸੀ ਬਾਬਾ ਜਦੋਂ ਗੇਟ 'ਤੇ ਬੈਠਾ ਸੀ ਨਾ ਪਿੱਛੇ ਨੂੰ ਕੇਸ ਛੱਡੀ ਗਲ 'ਚ ਮਾਲਾ ਤਸ ਵੀ ਪਾਈ ਲੰਬੀ ਸਾਰੀ ਧਰਮ ਦਾ ਬਾਣਾ ਪਾਈ ਉਦੋਂ ਵੀ ਹੱਸਿਆ ਸੀ ਬਾਬਾ ਹੱਸ ਕੇ ਗੁਣਗੁਣਾਇਆ ਵੀ ਸੀ ਬਾਬਾ ਜਿਹਨੇ ਲੋਕ ਲੋਕ ਪਾਪ ਕਮਾਉਣੇ ਪ੍ਰਗਟ ਹੋ ਜਾਣਗੇ ਲੋਕ ਲੋਕ ਪਾਪ ਕਰਤਾ ਦਿੱਤੀ ਸੀ ਗੱਲ ਤਾਂ ਉਹਦੀ ਬਾਬੇ ਨੇ ਤਾਂ ਉਹਦੀ ਪਛਾਣ ਲਿਆ ਕਿ ਉਹ ਸਤਿਗੁਰ ਸਰਾਫ ਵਿੱਚ ਜਦੋਂ ਨਦਰੀ ਕੱਢਣਾ ਤਾਂ ਉੱਗੜ ਆਇਆ ਲੋਹਾ ਸਤਿਗੁਰ ਦੇ ਵਿੱਚੋਂ ਦ੍ਰਿਸ਼ਟੀ ਮਾਰਦਾ ਨਾ ਅੰਦਰ ਅੰਦਰ ਵੇਖ ਲੈ ਮੇਰੇ ਅੰਦਰ ਕੀ ਹੈ ਅੰਦਰ ਕੀ ਹੈ ਵੇਖ ਲਿਆ ਸੀ ਪਰ ਸੱਜਣ ਨੇ ਕੀ ਸੋਚਿਆ ਮੈਂ ਲਿਆ ਨਾ ਮਨ ਵੀ ਚਲੋ ਕਈ ਮਹਾਤਮਾ ਦੀ ਆਦਤ ਹੁੰਦੀ ਹੈ ਏਦਾਂ ਦੇ ਟੱਪੇ ਪੜ੍ਹਦੇ ਹੀ ਰਹਿੰਦੇ ਹੁੰਦੇ ਆ ਮੈਨੂੰ ਥੋੜ੍ਹਾ ਕਿਹਾ ਹੋਣਾ ਵੀ ਕਈਆਂ ਦੀ ਆਦਤ ਹੁੰਦੀ ਹੈ ਐਂ ਟਾਲਤੀ ਗੱਲ ਪਰ ਮੇਰਾ ਬਾਬਾ ਤਾਂ ਉਹਦੀ ਹੱਸ ਪਿਆ ਸੀ ਹੱਸ ਕੇ ਉਹਨੂੰ ਗੁਣ ਗੁਣਾਉਣ ਦੇ ਰੰਗ ਵੀ ਦੇਤੀ ਸੀ ਹੱਸ ਕੇ ਵੀ ਭਲਿਆ ਤਨ ਦੇ ਉੱਤੇ ਧਰਮ ਦਾ ਲੇਵਲ ਲਾ ਕੇ ਕੋਈ ਧਰਮੀ ਨਹੀਂ ਬਣ ਜਾਂਦਾ ਲੇਵਲ ਲੇਵਲ ਧਰਮ ਦਾ ਪਰ ਜੀਵਨ ਠੱਗਾਂ ਵਾਲਾ ਸੋ ਸੱਜਣ ਠੱਗ ਭਾਈ ਸੱਜਣ ਬਣ ਗਿਆ ਇਹਨੂੰ ਏਦਾਂ ਕਹਿ ਲਓ ਗੱਲ ਚੱਲੀ ਹੈ ਧਿਆਨ 'ਚ ਰੱਖਿਓ ਵਿਆਖਿਆ ਕਰਨੀ ਹੈ ਇਤਿਹਾਸ 'ਚੋਂ ਬਾਣੀ 'ਚੋਂ ਗੱਲ ਚੱਲੀ ਹੈ ਪ੍ਰਗਟਿਆ
ਸਤਿਗੁਰ ਨਾਨਕ ਪ੍ਰਗਟਿਆ ਇਹ ਗੱਲ ਚੱਲ ਰਹੀ ਹੈ, ਧਿਆਨ ਚ ਰੱਖਿਓ। ਹੁਣ ਜਿਸ ਵੇਲੇ ਗੁਰੂ ਪ੍ਰਗਟ ਹੁੰਦਾ ਤੇ ਯਾਦ ਰੱਖਿਓ ਗੁਰੂ ਹੱਸਦਾ ਜਦੋਂ ਕੋਈ ਵੇਖਦਾ ਅੰਤਰਾਤਮੇ ਸੁਰਤ। ਇੱਥੇ ਫਿਰ ਹੁਣ ਇੱਕ ਗੱਲ ਹੋਰ ਕਹਾਂ ਵੀ ਕਦੋਂ ਪ੍ਰਗਟ ਹੁੰਦਾ ਗੁਰੂ। ਮਸਲੇ ਦੇਖੋ ਕਿੱਡੇ ਵੱਡੇ ਹੁੰਦੇ ਨੇ, ਗੁਰੂ ਹੱਸ ਕੇ ਹੱਲ ਕਰ ਦਿੰਦਾ, ਜਦਕਿ ਵੱਡੀ ਲੜਾਈ ਹੋ ਸਕਦੀ ਹੈ, ਜਿੱਥੇ ਝਗੜਾ ਹੋ ਸਕਦਾ ਹੈ, ਪਰ ਮੇਰਾ ਬਾਬਾ ਹੋਣ ਹੀ ਨਹੀਂ ਦਿੰਦਾ। ਕਿਵੇਂ ਤੁਸੀਂ ਹੋਰ ਗੱਲ ਕਹਾਂ, ਤੁਸੀਂ ਪਕੜਤੀ ਛੇਤੀ ਛੇਤੀ ਆ ਜੇ, ਮੈਂ ਜ਼ਿਆਦਾ ਨਾ ਲਓ ਜੀ ਮੇਰਾ ਬਾਬਾ ਚੋਣਵੀਆਂ ਚੋਣਵੀਆਂ ਗੱਲਾਂ ਕਰ ਰਹੇ ਹਾਂ, ਪ੍ਰਗਟ ਚਲਿਆ ਗਿਆ ਮਸੀਤੇ ਚਲਿਆ ਗਿਆ ਨਾ, ਕਿੱਥੇ ਗਏ ਸੀ ਬੋਲੋ, ਇਤਿਹਾਸ ਤੁਸੀਂ ਵੀ ਜਾਣਦੇ ਹੋ, ਬੋਲੋ ਭੈਣਾ। ਸੁਲਤਾਨਪੁਰ, ਸੁਲਤਾਨਪੁਰ ਚਲਿਆ ਗਿਆ ਮਸੀਤੇ। ਕਹਿੰਦੇ ਨਾਨਕ ਸਾਰਿਆਂ ਨੂੰ ਇੱਕ ਸਮਝਦਾ, ਨਵਾਬ ਨਵਾਜ ਪੜ੍ਹੇਗਾ ਸਾਡੇ ਨਾਲ ਅੱਜ? ਬਾਬਾ ਕਹਿੰਦਾ ਬਿਲਕੁਲ, ਪਰ ਸ਼ਰਤ ਜੇ ਤੁਸੀਂ ਪੜ੍ਹੋਗੇ ਤਾਂ ਮੈਂ ਵੀ ਤੁਹਾਡੇ ਨਾਲ ਨਵਾਜ ਅਦਾ ਕਰ ਲਵਾਂਗਾ, ਪਰ ਜੇ ਤੁਸੀਂ ਅਦਾ ਕੀਤੀ ਖੁਦਾ ਦੀ ਨਵਾਜ ਤਾਂ। ਉਹਨਾਂ ਨੂੰ ਸ਼ਰਤ ਦੀ ਸਮਝ ਨਹੀਂ ਆਈ, ਨਵਾਜ ਅਦਾ ਹੋਣੀ ਸ਼ੁਰੂ ਹੋ ਗਈ। ਮਸੀਤ ਵਿੱਚ ਖੜਾ ਮੇਰਾ ਬਾਬਾ, ਖਿਆਲ ਕਰਿਓ। ਤੇ ਹੁਣ ਕਾਜੀ ਨਵਾਜ ਅਦਾ ਕਰ ਰਿਹਾ, ਮੇਰਾ ਬਾਬਾ ਕਾਜੀ ਵੱਲ ਵੇਖ ਕੇ ਕਹਿ ਦਿਓ ਹੱਸਿਆ ਹੱਸਿਆ। ਲਿਖ ਲਾ ਦੇਖ ਲਾ, ਸੌਖਾ ਦੇਖੋ ਕਿਤੇ। ਫਿਰ ਨਵਾਬ ਵੱਲ ਵੇਖ ਕੇ ਹੱਸਿਆ, ਦੌਲਤ ਖਾਂ ਵੀ ਵਿੱਚੇ ਸੀ ਨਾ ਨਵਾਜ ਦੇ, ਜੁਮੇ ਦੀ ਨਵਾਜ ਸੀ, ਜੁਮੇ ਦੀ ਸ਼ੁੱਕਰਵਾਰ। ਚਲੋ ਉਹ ਆਪਣਾ ਕਰਦੇ ਨੇ, ਬਾਬਾ ਹੱਸ ਰਿਹਾ, ਹੱਸਦਾ ਗੰਭੀਰ ਹਾਸਾ। ਉਹਨਾਂ ਨੇ ਵੀ ਵੇਖ ਲਿਆ ਕਾਜੀ ਨੇ ਵੀ ਹੱਸਦਾ, ਵਿੱਚੋਂ ਤਾਂ ਬੋਲੇ ਨੀ ਕੁਝ ਵੀ, ਵਿੱਚੋਂ ਠੀਕ ਨੀ ਹੁੰਦਾ ਬੋਲਣਾ। ਨਵਾਜ ਪੂਰੀ ਹੋਈ ਤੇ ਇੱਕਦਮ ਕਾਜੀ ਗੁੱਸੇ ਵਿੱਚ ਬੋਲਿਆ, ਨਾਨਕ ਤੂੰ ਸਾਡੀ ਨਵਾਜ ਦਾ ਮਾਹੌਲ ਉਡਾਉਣਾ, ਤੂੰ ਸਾਡੀ ਨਵਾਜ ਦਾ ਮਾਹੌਲ ਉਡਾਉਣਾ। ਗੁਰੂ ਬਾਬਾ ਜੀ ਕਹਿੰਦੇ ਮੇਰਾ ਕਿਸੇ ਦਾ ਮਾਹੌਲ ਉਡਾਉਣ ਦਾ ਕੋਈ ਭਾਵ ਨਹੀਂ, ਮੈਂ ਵੇਖਿਆ ਤੂੰ ਹੱਸਦਾ ਸੀ, ਉਹ ਇੱਦਾਂ ਹੀ ਬੋਲਦਾ ਸੀ ਉਹਦਾ, ਮੈਂ ਵੇਖਿਆ ਤੂੰ ਤਾਂ ਤੂੰ ਹੀ ਕਹੋ ਨਾ, ਮੈਂ ਤੂੰ ਹੱਸਦਾ ਸੀ। ਬਾਬਾ ਜੀ ਕਹਿੰਦੇ ਮੈਂ ਤਾਂ ਤੇਰੇ 'ਤੇ ਹੱਸਦਾ ਸੀ, ਨਵਾਜ 'ਤੇ ਨਹੀਂ ਮੈਂ ਹੱਸਿਆ, ਮੈਂ ਤੇਰੇ 'ਤੇ ਹੱਸਦਾ ਸੀ, ਤੇਰੇ 'ਤੇ ਹੱਸਦਾ ਸੀ। ਫਿਰ ਜਿਸ ਵੇਲੇ ਕਿਹਾ ਮੇਰੇ 'ਤੇ ਹੱਸਦਾ, ਹਾਂ ਨਵਾਜ ਅਦਾ ਕੀਤੀ ਖੁਦਾ ਦੀ, ਖੁਦਾ ਦੀ ਨਵਾਜ ਅਦਾ ਕੀਤੀ, ਅੱਖ ਜੱਖ ਰੱਖ ਇੱਥੇ ਹਾਜ਼ਰ ਸੀ। ਇੰਨੀ ਦ੍ਰਿੜਤਾ ਨਾਲ ਕਿਹਾ ਮੇਰੇ ਬਾਬੇ ਨੇ ਵੀ ਇੱਥੇ ਸੀ, ਕਾਜੀ ਦੇ ਹੱਥ 'ਚ ਹੋ ਗਏ, ਕਹਿੰਦੇ ਜਮਾਂ ਸੱਚ ਕਹਿੰਦੇ ਹੋ, ਮੈਂ ਇੱਥੋਂ ਗੈਰ ਹਾਜ਼ਰ ਸੀ। ਬਾਬੇ ਦੇ ਵਚਨ ਨੇ, ਹੱਸ ਕੇ ਬੋਲੇ ਵਚਨ ਨੇ, ਅੱਖਾਂ 'ਚ ਅੱਖਾਂ ਪਾ ਕੇ ਇਕਬਾਲ ਕਰ ਲਿਆ, ਜਿਵੇਂ ਦੋਸ਼ੀ ਨੂੰ ਇਕਬਾਲ ਕਰਾਈਦਾ ਹੁੰਦਾ ਨਾ, ਮੇਰਾ ਬਾਬਾ ਐਸਾ ਤਪਤੀਸ਼ੀ ਹੈ, ਅਗਲੇ ਤੋਂ ਕਹਾ ਲੈਂਦਾ ਅਗਲੇ ਤੋਂ। ਉਹਨੇ ਕਹਿ ਦਿੱਤਾ, ਕਹਿੰਦਾ ਹਾਂ ਮੇਰੇ ਘਰ ਵਿੱਚ ਘੋੜੀ ਸੋਈ ਹੈ, ਫਿਕਰ ਲੱਗਿਆ ਰਿਹਾ ਬਸ਼ੇਰੀ ਕਿਤੇ ਖੱਡੀ ਵਾਲੇ ਟੋਹ 'ਚ ਨਾ ਡਿੱਗ ਪਵੇ, ਅਤੇ ਕਦੋਂ ਘਰ ਜਾਵਾਂ ਅਤੇ ਕਦੋਂ ਸੰਭਾਲ ਕਰਾਂ। ਨਵਾਬ ਨੂੰ ਕਹਿੰਦੇ, ਨਵਾਬ ਵੀ ਤੈਂ ਫਿਰ ਖੁਦਾ ਦੀ ਨਵਾਜ਼ ਹੀ ਅਦਾ ਕੀਤੀ ਹੈ, ਚਲੋ ਉਹਨੂੰ ਵੀ ਤੁਹਾਨੂੰ ਪਤਾ ਸਾਖੀਆਂ ਤੋਂ ਸੁਣੀਆਂ, ਸਾਖੀਆਂ ਦਾ ਭਾਵ ਸਮਝਿਓ। ਉਹ ਵੀ ਕਹਿੰਦਾ ਵੀ ਠੀਕ ਹੈ, ਕਾਬਾ ਕਹਿੰਦਾ ਆਰਕਣ ਵਾਲੇ ਘੋੜੇ ਖਰੀਦਦਾ ਸੀ। ਗੁਰੂ ਸਾਹਿਬ ਕਹਿੰਦੇ ਸੁਰਤ ਨੇ ਘੋੜੇ ਨਹੀਂ ਖਰੀਦਣੇ, ਸੁਰਤ ਨੇ ਬਸ਼ੇਰਾ ਨਹੀਂ ਸੰਭਾਲਣਾ, ਤੇ ਸਰੀਰ ਨੇ ਨਵਾਜ਼ ਨਹੀਂ ਪੜ੍ਹਨੀ। ਆਹ ਗੱਲ ਸਮਝਿਓ, ਜਿਹੜਾ ਕੰਮ ਤਾਂ ਸੁਰਤ ਨੇ ਕਰਨਾ, ਤੁਸੀਂ ਸਰੀਰ ਰਾਹੀਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਿਹੜਾ ਕੰਮ ਸਰੀਰ ਨੇ ਕਰਨਾ ਉਹ ਸੁਰਤ ਰਾਹੀਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਿਸ ਕਰਕੇ ਤੁਹਾਡਾ ਨਾ ਦੀਨ ਰਹਿੰਦਾ ਨਾ ਦੁਨੀਆਂ ਰਹਿੰਦੀ ਹੈ, ਤੁਸੀਂ ਤਾਂ ਦੋਨੇ ਗਵਾਲੇ। ਸਿੱਖਿਆ ਕੀ ਮਿਲ ਗਈ ਸਾਰਿਆਂ ਨੂੰ? ਰਸਮੀ ਪਾਠ ਪੂਜਾ ਦੇ ਵਿੱਚ ਤਾਂ ਦੋਨੇ ਗਵਾਲੇ। ਬੋਲੋ ਸਤਨਾਮ, ਬਾਬਾ ਹੱਸਿਆ। ਇਹਨੂੰ ਸਿੱਖ ਸਮਝੋ, ਤੇ ਅੱਜ ਕਿਤੇ ਕੋਈ ਹੱਸ ਪਵੇ ਜਦੋਂ ਸੌ ਖੰਡ ਪਾਠ ਪ੍ਰਕਾਸ਼ ਕੀਤਾ ਹੁੰਦਾ ਲਗਾਤਾਰ, ਤੇ ਉਸ ਵੇਲੇ ਹਾਸਾ ਆਉਂਦਾ।
ਇਦਾਂ ਹੁੰਦਾ ਜੀ ਬੋਲੋ ਸਾਖੀ ਸਮਝ ਲਈ 550 ਸਾਲ ਤੋਂ ਉੱਪਰ ਹੋ ਗਿਆ ਜੀ ਆ ਮਸੀਤ ਵਾਲੀ ਸਾਖੀ ਅੱਜ ਤੱਕ ਸਿੱਖਾਂ ਨੇ ਨਹੀਂ ਸਮਝੀ ਸਾਖੀ ਦੀ ਸਿੱਖਿਆ ਕੀ ਹੈ ਵੀ ਰਸਮੀ ਪਾਠ ਪੂਜਾ ਦਾ ਫਾਇਦਾ ਹੀ ਕੋਈ ਨਹੀਂ ਕੀ ਫਾਇਦਾ ਸੁਰਤ ਕਿਤੇ ਫਿਰਦੀ ਹੈ ਸਰੀਰ ਹਾਜ਼ਰ ਸੀ ਨਾਲੇ ਪਰ ਅਸੀਂ ਤਾਂ ਉਦੋਂ ਵੀ ਨਿਗਰ ਗਏ ਗੁੱਸਾ ਨਾ ਕਰੇ ਤਿੱਖੇ ਲਫ਼ਜ਼ ਨੇ ਇੱਥੇ ਸਰੀਰ ਵੀ ਗੈਰ ਹਾਜ਼ਰ ਹੈ ਉੱਥੇ ਸਰੀਰ ਤਾਂ ਹਾਜ਼ਰ ਸੀ ਸੁਰਤ ਗੈਰ ਹਾਜ਼ਰ ਤਾਂ ਵੀ ਕੋਈ ਫਾਇਦਾ ਨਹੀਂ ਪਰ ਅਸੀਂ ਸੁਰਤ ਤਾਂ ਕੀ ਹਾਜ਼ਰ ਕਰਨੀ ਹੈ ਸਰੀਰ ਵੀ ਸਰੀਰ ਕਿੰਨਾ ਸਰੀਰ ਤਾਂ ਕਈ ਵਾਰੀ ਸੱਤ ਸਮੁੰਦਰੋਂ ਪਾਰ ਕਨੇਡਾ 'ਚ ਹੈ ਅਤੇ ਉਹਦੇ ਰਖਾਏ ਪਾਠ ਦੀ ਅਰਦਾਸ ਇੱਥੇ ਹੁੰਦੀ ਹੈ ਕਹਿੰਦੇ ਮਹਾਰਾਜ ਫਲ ਮਿਲੇ ਬੋਲੋ ਸਤਨਾਮ ਬੱਲੇ 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 ਸੱਤ ਸਮੁੰਦਰੋਂ ਪਾਰ ਚੱਲ ਬਾਬਾ ਸੱਤ ਸਮੁੰਦਰੋਂ ਪਾਰ ਫਲਾਨੇ ਸਿੰਘ ਕੋਲ ਉਹਨੇ 11,000 ਭੇਜਿਆ ਸੀ ਬਾਬਾ ਚੱਲ ਚੱਲ ਉੱਡ ਹਵਾ ਦੇ ਵਿੱਚ ਪਹੁੰਚ ਉਹਦੇ ਕੋਲ ਫੜ ਲੈ ਕੇ ਆਹਾ ਬਾਬਾ ਸਾਡੇ 'ਤੇ ਵੀ ਹੱਸਦਾ ਹੋਊ ਭੈਣੇ ਹੈ ਨਾ ਹੱਸਦਾ ਨਾ ਹਾਂ ਸਾਡੇ ਵਾਲੇ ਝਗੜਾ ਕਰਦੇ ਨੇ ਲਾਗਿਆ ਪਤਾ ਬਾਬਾ ਹੱਸਿਆ ਅੱਜ ਵੀ ਹਾਸੇ ਆਉਂਦੇ ਨੇ ਕੋਤਰੀਆਂ ਵਾਲਿਆਂ 'ਤੇ ਗੁਣ ਮੁਣ ਕਰਕੇ ਪਾਠ ਕਰਨ ਵਾਲਿਆਂ 'ਤੇ ਕਿਆ ਹੋ ਰਿਹਾ ਕਿਆ ਹੋ ਰਿਹਾ ਹਾਸਾ ਹੱਸਣ ਵਾਲੀ ਗੱਲ ਹੈ ਕੀ ਖੇਡ ਬਣਾਤੀ ਸਮਝਣ ਦੀ ਕੋਸ਼ਿਸ਼ ਕਰਿਓ ਗੁਰੂ ਬਾਬਾ ਜੀ ਨੇ ਤਾਂ ਅੱਖਰਾਂ ਰਾਹੀਂ ਇੱਕ ਨੋਟ ਕਰਿਓ ਸਟੇਟਮੈਂਟ ਅੱਖਰਾਂ ਰਾਹੀਂ ਵੱਖਰ ਦਿੱਤਾ ਕੀ ਦਿੱਤਾ ਵੱਖਰ ਵੱਖਰ ਦਾ ਅਰਥ ਕੀ ਹੁੰਦਾ ਕੀ ਹੈ ਸੌਦਾ ਸੌਦਾ ਉਹ ਜਿਹੜਾ ਜਿੰਦ ਦੇ ਕੰਮ ਆਉਣਾ ਸੌਦਾ ਜਿਹਨੂੰ ਪੰਜਵੇਂ ਰੂਪ ਚ ਕਹਿੰਦੇ ਆ ਜਿਸ ਵੱਖਰ ਕਹੋ ਲੈਣ ਤੂੰ ਬੋਲੋ ਬੋਲੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਆ ਤੂੰ ਵੱਖਰ ਲੈਣ ਆਇਆ ਇਹ ਵੱਖਰ ਕਿੱਥੇ ਹੈ ਕਹਿੰਦੇ ਸੰਤਨ ਘਰ ਸੰਤ ਸੰਤਾਂ ਦਾ ਘਰ ਕਿਹੜਾ ਹੁੰਦਾ ਬਾਣੀ 'ਚ ਹੀ ਲਿਖਿਆ ਬਿਨ ਗੁਰ ਸ਼ਬਦ ਨਹੀਂ ਘਰ ਵਾਰ ਖੁੱਲ ਗਿਆ ਨਾ ਅਰਥ ਸ਼ਬਦ ਤੋਂ ਬਿਨਾਂ ਹੋਰ ਸੱਤ ਪੁਰਸ਼ਾਂ ਦਾ ਕੋਈ ਘਰ ਨਹੀਂ ਹੁੰਦਾ ਸੱਤ ਪੁਰਸ਼ਾਂ ਦਾ ਘਰ ਕਿਹੜਾ ਹੁੰਦਾ ਸ਼ਬਦ ਅੱਖਰਾਂ ਰਾਹੀਂ ਵੱਖਰ ਮਿਲਦਾ ਹੈ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਅੱਖਰਾਂ ਰਾਹੀਂ ਇਉਂ ਕਹਿ ਲਓ ਗੁਰੂ ਬਾਬਾ ਜੀ ਨੇ ਸੰਸਾਰ ਤੋਂ ਤਰਨ ਵਾਸਤੇ ਅੱਖਰਾਂ ਦਾ ਭਾਵ ਸੱਚੇ ਗਿਆਨ ਦਾ ਪੁੱਲ ਬਣਾਇਆ ਬੋਲੋ ਸਤਨਾਮ ਆਹ ਪੁੱਲ ਬਣਾਤਾ ਪੁੱਲ ਬਣਾਇਆ ਧੰਨ ਧੰਨ ਨਾਨਕ ਗੁਰ ਕਿਨੋ ਪਰਉਪਕਾਰ ਆਹ ਪਰਉਪਕਾਰ ਕੀਤਾ ਆਹ ਪਰਉਪਕਾਰ ਕੀਤਾ ਸਤਿਗੁਰਾਂ ਨੇ ਯਾਦ ਰੱਖਿਓ ਨਾ ਗੱਲਾਂ ਨੂੰ ਅੱਖਰ ਰਾਹੀਂ ਵੱਖਰ ਮਿਲਦਾ ਜੁੜੋ ਤੇ ਨਹੀਂ ਤਾਂ ਬਾਬਾ ਹੱਸਦਾ ਹੈ ਆਪਣੇ 'ਤੇ ਵੀ ਹੱਸਦਾ ਹੈ ਬਿਨਾਂ ਬਾਣੀ ਸੁਣੀ ਤੋਂ ਪਾਠਾਂ ਦੇ ਭੋਗ ਪਾ ਦਿੱਤੇ ਜਾਂਦੇ ਨੇ ਬਾਬਾ ਹੱਸਦਾ ਨੌ ਦਿਨ ਬਾਣੀ ਨੂੰ ਸੁਣੀ ਨੌਵੇਂ ਦਿਨ ਸਪੀਕਰ ਬਣੇ ਰਹੇ ਤੇ ਆ ਜਾਓ ਭਾਈ ਫਲਾਨਾ ਸੂ ਦੇ ਘਰੇ ਪਾਠ ਪ੍ਰਕਾਸ਼ ਹੀ ਭੋਗ ਦੀ ਜਮਾਂ ਤਿਆਰੀ ਓ ਬਾਬਾ ਹੱਸਦਾ ਸੂਚਨਾ ਸੁਣ ਕੇ ਹੱਸਦਾ ਆਪਾਂ ਵੀ ਹੱਸ ਲਈਏ ਫਿਰ ਅੱਜ ਹੁਣ ਹੋਰ ਹੁਣ ਬਾਬੇ ਦਾ ਪ੍ਰਕਾਸ਼ ਪੁਰਬ ਹੈ ਬਈ ਬਾਬਾ ਹੱਸਦਾ ਸੂਚਨਾ ਸੁਣ ਕੇ ਆ ਜਾਓ ਭਾਈ ਭੋਗ ਪੈਂਦਾ ਬਾਬਾ ਹੱਸਦਾ ਵੀ ਬਿਨਾਂ ਬਾਣੀ ਬੜੀ ਸੋਹਣੀ ਭੋਗ ਪਾਈ ਜਾਂਦੇ ਆ ਆਈ ਪਾਈ ਜਾਂਦੇ ਨੇ ਭੋਗ ਇਹ ਸਾਖੀ ਹੈ ਮਸੀਤ ਵਾਲੀ ਸਮਝੋ ਅੱਗੇ ਆ ਜਾਓ ਗੱਲ ਇੱਥੇ ਚੱਲ ਰਹੀ ਹੈ ਪ੍ਰਗਟ ਕਦੋਂ ਹੁੰਦਾ ਗੁਰੂ ਜੋ ਸੁਣਾਂਗੇ ਸਮਝਾਂਗੇ ਗੁਰੂ ਨੂੰ ਫਿਰ ਪ੍ਰਗਟ ਹੁੰਦਾ ਫਿਰ ਧੁੰਦ ਚੱਕੀ ਜਾਂਦੀ ਹੈ ਕਿਹੜੀ ਜਿਹੜੀ ਧੁੰਦ ਛਾਈ ਹੋਈ ਹੈ ਮਨ ਦੇ ਵਿੱਚ ਅਗਿਆਨਤਾ ਦਾ ਗੁਬਾਰ ਚੜ੍ਹਿਆ ਫਿਰਦਾ ਨਾ ਅਗਿਆਨਤਾ ਦਾ ਗੁਬਾਰ ਹਾਂਜੀ ਉੱਡਦਾ ਫਿਰ ਸੋ ਕਿਵੇਂ ਫਿਰ ਅੱਗੇ ਲਾ ਲਓ ਬਾਬਾ ਹੱਸਦਾ ਹੈ ਆਹੀ ਗੱਲ ਪਕਾ ਲਓ ਅੱਜ ਸਾਡੇ ਜੀਵਨ 'ਚ ਵੀ ਹਾਸੇ ਆ ਜਾਣ ਕਿਹੜੇ ਹਾਸੇ ਰੂਹਾਨੀ ਹਾਸੇ ਇੱਕ ਹਾਸੇ ਚੰਚਲਤਾ ਦੇ ਵੀ ਹੁੰਦੇ ਆ ਉਹ ਨਹੀਂ ਹਰ ਜਨ ਗੁਣ ਗਾਵਤ ਹੱਸਿਆ ਰੱਬ ਦੇ ਪਿਆਰੇ ਗੁਣ ਗਾਉਂਦੇ ਹੱਸਦੇ ਆ ਇੱਕ ਚੰਚਲ ਦਾ ਹਾਸਾ ਹੁੰਦਾ ਕਿਸੇ ਧੀ ਭੈਣ ਵੱਲ ਮਾੜੇ ਭਾਵ 'ਚ ਤੱਕ ਕੇ ਹੱਸਣਾ ਕਿਸੇ ਦੀ ਗਰੀਬੀ 'ਤੇ ਹੱਸਣਾ ਹਾਂਜੀ ਕਈ ਤਾਂ ਐਡੇ ਕਮਲੇ ਦੇਖੇ ਡਿੱਗੇ ਕੋਈ ਡਿੱਗ ਪਵੇ ਨਾ ਤੁਰਾ ਜਾਂਦਾ ਹੱਸ ਪੈਂਦੇ ਨੇ ਸੱਚ ਜਾਣੋ ਦੇਖਿਆ ਨਹੀਂ ਕਿਸੇ ਡਿੱਗੇ ਨੂੰ ਦੇਖ ਕੇ ਹੱਸਦੇ ਨੇ
نہیں بھائی ایک اصلی ہاسا ہے اصلی ہاسا جو گرو تو ملتا ہے من ہسدا ہے من دا ہاسا برلیاں نوں پتا ہے جب من ہس پیا نا پھر ڈاکٹر نوں نہیں کہنا پہندا جا کے ڈاکٹر صاحب جی نیند جی گھٹ آؤں ہے جی جی جا گھٹ لگتا ہے جی کھجی چڑھی جاتی ہے جی رونا جا ہی جانا کہ اچھا جا کے ڈاکٹر روئی جاتی ہے دنیا روی دوری پھرتی ہے دنیا روی پھرتی ہے دنیا روندے بھی پڑھدے ہیں جا کئی تاں کہ بڑا بندہ ہے لوکاں دے سامنے رو بھی نہیں سکدا کئی تاں روندے بھی نہ پڑھدے ہیں جنے پڑھدے ہیں کہ سچ مچ ہاسا آجو پھر آ ہسدا ہے بابا بس پکاڑو سرت وچ ویکھو بابے نوں ہسدا گرو دی مورت برشنا رنگاں دے نال کاغذ تے نہیں بندی جو دھیان جوڑدے ہیں گرو دی مورت تاں من دے کینوس تے بندی ہے بولو سات نام گر کی مورت من میں دھیان کدوں گر کا شبد منتر من مان گرو دے شبد راہی برش کہڑا چلتا ہے شبد دا برش چلتا ہے گرو دی مورت بنانی ہوے من دے کینوس تے من دے تے ادھنیا بھی برسا رنگ برنگے کالے پیلے برشاں نہیں 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 یہ بنتی لو جی ہوں ساکھیاں بھی تھوڑی تھوڑی ہوئی چلنا بابا ہسیا سورج نو پانی دتا جا رہا ہے بابا ہسیا بھی کی کری جاندے نے دیکھی کی کری جاندے ہوں سوکھا دیکھو ہسیا پھر کی کیتا بابے نے ہسو ہی نہ کام کردے نے ہور ودھ ہساؤن واسطے میرا بابا آپ بھی ہاسو ہی نہ کام کرنے لگ گیا پہلے تو ہسے سی کلا ہوں کام بھی ہاسو ہی نہ اپوزٹ سائڈ تے کہہ لو الٹ سائڈ تے کہہ لو بھی وہ چڑھ دے پاسے میرا بابا کی کہاں گے اپاں شپ دے پاسے کہاں گے ٹھیک ہے لہ جا میرا بابا شپ انہاں تو الٹ کہہ لو بس انہاں تو الٹ پاسے کر کے سٹن لگ گیا پانی ہاسا ہی نہ دیکھو ادھر سٹن لگ گیا کام بھی ہاسے والا جا وہ پوچھتے نے کی پوچھتے ہیں وہ ساکھیاں تھی سنیے گہرگیاں چ جائے ساکھیاں کوئی نمیاں نہیں ہوں پیش کرنے کا ڈنگ اپنا اپنا ہوں تو ہوں وہ پوچھتے ہیں وہ بھی ہس کے پوچھتے ہیں ہوں کہ بابا بھی کام ہاسے والا لگا کرنا پٹھے پاسے بانی وہ ہس کے پوچھتے ہیں کہتے ہاں تو کی کری جانا ہے ہاں تو کی کری جانا ہے جدو اینا کہا گرو بابا جی ہس لیا جی کہتے تھی کی کری جانے ہو تھی کہنا پاؤ دوجے نو پوچھتے ہو تھی کئی بار بندہ دوجے نو پوچھی جانا آپ کا پتا نہیں ہوں آپ کا پتا ہی نہیں سچ جانو اج آپ بھی دیکھتے ہیں ہر ایک ہر کہی جانا دنیا نو پتا نہیں کی ہو گیا لوگوں نو پتا نہیں کی ہو گیا جی میں لوگوں چو باہر ہی ہوں کدے نہیں کوئی کہہ مجھے پتا نہیں کی ہو گیا جی ہر کوئی یہ کہن لگ جائے ہر کوئی اپنے آپ کو سدھارن لگ جائے گل بن جائے لوگوں کو پتا نہیں کی ہو گیا پیو پتر سدھارتا مر جا پت آپ کے پتر سدھارتا مر جا وہ اس دوجے دن سدھارتے مر جانے ہیں آپ اپنا آپ سدھر کیونکہ سدھار سکتے ہیں اپنے آپ کو ساڈا زور لگا جا کہ لوگوں کو پتا نہیں کی ہو گیا دوجا اتنے بھی پھر یہی ہوا کہ بابا ہاں کی کرنا ہے یہ کی کری جانا تو گرو صاحب نے جواب نہیں دتا کی کرتا پرشن تے پرشن کرتا آ بھی یاد رکھو کہ ہر پرشن کا جواب دینا ضروری نہیں ہوں کوشچن تے کوشچن پٹ اپ کیا جا سکتا ہے پنجابی چ کہہ لو پرشن تے پرشن میرے بابا جی نے پرشن تے پرشن کرتا ہستے ہستے کہتے تھی کی کری جانے ہو مینو پوچھ دیں تھی کی کری جانے ہو کہتے اسی تو سورج نو پانی دینا میرا بابا نہیں کہہ سورج نو پانی کیویں پہنچو نہ سنا والے سنا نہیں آئی ساخی میرا بابا نہیں کہہ سورج نو پانی کیویں پہنچو نہ وہ کہتے سورج نو پانی دینا کہتے ٹھیک ہے کاتے دینا کہتے سورج راہی پترا نو پہنچو پتر لوک چ جاؤ سورج راہی سڈے پترا نو پہنچو گرو صاحب نے کی کیتا رلدا ملتا جواب دیتا جواب انہاں ورگا سمجھ کے نہ بھی ڈنگ ہوندا ہے کہندے پھر تسی سورج نو سورج راہی پترا نو پالی دے لو تے میں سوچیا آپاں اپنی کنک نو پانی دے لئیے آؤندا ہویا بیج کے آیا سی میں سنیا کنک نو پانی دے لاں جدوں اینا کہ کنک نو پانی دے لاں
ਇਕਦਮ ਕਹਿੰਦੇ ਹਾਏ ਇੰਨੀ ਦੂਰ ਪਾਣੀ ਕਿਵੇਂ ਜਾਊ। ਗੁਰੂ ਸਾਹਿਬ ਕਹਿੰਦੇ ਇੰਨੀ ਦੂਰ 500-600 ਮੀਲ ਹੀ ਹੈ ਕਣਕ ਬੀਜ ਕੇ ਆਇਆ ਮੈਂ, 500-600 ਮੀਲ ਹੋਊ 700 ਮੀਲ ਹੋਊ ਫਿਰ ਇੰਨੀ ਦੂਰ ਪਾਣੀ ਕਿਵੇਂ ਜਾਊ। ਇੰਨਾ ਕਿਹਾ ਮੇਰਾ ਬਾਬਾ ਫਿਰ ਹੱਸਿਆ, ਹੱਸ ਕੇ ਅੱਖ ਚ ਅੱਖ ਪਾ ਕੇ ਕਹਿੰਦਾ ਕਹਿੰਦਾ ਮੈਂ ਤਾਂ ਸੋਥੋਂ ਹੀ ਕਹਾਉਣਾ ਸੀ ਦੂਰ ਪਾਣੀ ਕਿਵੇਂ ਜਾਊਗਾ। ਬੋਲੋ ਸਤਨਾਮ। ਕਹਾਲਿਆ ਨਾ ਆਪ ਨੀ ਕਿਹਾ, ਉਹਨਾਂ ਤੋਂ ਹੀ ਕਹਾਣ। ਜਦੋਂ ਇੰਨਾ ਕਿਹਾ ਇੱਕਦਮ ਜਾਗ ਆ ਗਈ, ਕਿਉਂਕਿ ਮਨੁੱਖ ਇੱਕ ਨੀਂਦ ਵਿੱਚ ਜੀ ਰਿਹਾ ਨਾ, ਹਿਪਨੋਟਿਕ ਸਲੀਪ ਕਹਿੰਦੇ ਅਸੀਂ ਇਹਨੂੰ, ਸੁਰਤ ਤੇ ਨੀਂਦ ਪਈ ਹੁੰਦੀ ਹੈ ਨਾ। ਜਦੋਂ ਇੱਦਾਂ ਕਿਹਾ ਉਹਨੂੰ ਜਾਗ ਆ ਗਈ, ਕਹਿੰਦੇ ਬਾਬਾ ਸਾਨੂੰ ਤਾਂ ਹੱਸ ਹੱਸ ਕੇ ਜਗਾਤਾ, ਹੱਸ ਹੱਸ ਕੇ ਦੂਜੇ ਨੂੰ ਤਾਂ ਕਹੀ ਜਾਂਦੇ ਨੀ ਦੂਰ ਪਾਣੀ ਕਿਵੇਂ ਜਾਊ। ਆਪ ਸੋਚਦੇ ਨੀ ਵੀ ਜੇ ਇਹਨਾਂ ਦਾ ਪਾਣੀ 500-600 ਮੀਲ ਤੇ ਜਾਂਦਾ, ਸਾਡਾ ਕਰੋੜਾਂ ਮੀਲ ਕਿਵੇਂ ਜਾਊ। ਬੋਲੋ ਸਤਨਾਮ। ਉਹਨਾਂ ਤੋਂ ਕਹਾਤਾ, ਆਹ ਗੱਲ ਹੈ ਕਹਾਤਾ ਨਾ। ਕਹਿਣ ਦਾ ਭਾਵ ਸਾਖੀਆਂ ਹੁੰਦੇ ਮਨੁੱਖ ਇੱਕ ਨੀਂਦ ਵਿੱਚ ਜੀ ਰਿਹਾ। ਕਈ ਵਾਰੀ ਨਾ ਇੰਨਾ ਜ਼ਿਆਦਾ ਦੁਹਰਾਇਆ ਅਸੀਂ ਝੂਠ ਨੂੰ, ਅਸੀਂ ਉਹ ਸੁੱਤੇ ਸੁੱਤੇ ਹੀ ਕਰਮ ਕਾਂਡ ਕਰਦੇ ਰਹਿੰਦੇ ਹਾਂ। ਜਾ ਕੇ ਕਦੀ ਵੇਖਿਆ ਹੀ ਨਹੀਂ ਗਾ ਭਾਵ ਅਰਥ ਹੀ ਹੈ ਇਹਦਾ, ਜਾ ਕੇ ਕਦੇ ਵੇਖੀ ਨਹੀਂ, ਸਾਡੇ ਅੰਦਰ ਇੱਕ ਨੀਂਦ ਪਈ ਹੋਈ ਹੈ, ਉਸ ਨੀਂਦ 'ਚ ਤੁਰਿਆ ਫਿਰਦਾ ਮਨੁੱਖ। ਅਤੇ ਮੇਰੇ ਬਾਬਾ ਜੀ ਨੇ ਇੰਨੇ ਲੋਕ ਇਕੱਠੇ ਹੋਏ, ਜੇ ਸਿੱਧਾ ਉਹਨੂੰ ਕੋਈ ਕਹਿੰਦਾ ਹਾਂ ਕੀ ਫੰਡ ਕਰੀ ਜਾਂਦੇ ਹੋਏ, ਇਹ ਕੀ ਕਰਦੇ ਹੋ ਤੁਸੀਂ, ਇੱਦਾਂ ਉੱਥੇ ਝਗੜਾ ਲੜਾਈ ਹੁੰਦਾ। ਮੇਰੇ ਬਾਬੇ ਨੇ ਹੱਸ ਹੱਸ ਕੇ ਸਾਰਾ ਕੁਛ ਮਸਲਾ ਹੱਲ ਕਰ ਲਿਆ, ਹੱਸ ਕੇ ਹੀ ਸਾਰਾ ਕੁਛ, ਹੱਸ ਕੇ ਉਹਨਾਂ ਤੋਂ ਹੀ ਕਹਾ ਲਿਆ, ਉਹਨਾਂ ਤੋਂ ਹੀ ਕਹਾ ਲਿਆ। ਸੋ ਕਹਿਣ ਦਾ ਭਾਵ ਕੀ ਹੈ, ਕਿੱਦਾਂ ਦੇ ਨੇ ਮੇਰੇ ਬਾਬਾ ਜੀ, ਹੋ ਰਿਹਾ ਨਾ ਦਰਸ਼ਨ ਸਾਖੀਆਂ ਚੋਂ, ਇਤਿਹਾਸ ਚੋਂ, ਗੁਰਬਾਣੀ ਚੋਂ ਦਰਸ਼ਨ, ਇੱਦਾਂ ਦਰਸ਼ਨ ਕਰਨਾ। ਸਮਝ ਰਹੇ ਸੀ ਆਪਾਂ ਵੀ ਗੁਰੂ ਪ੍ਰਗਟ ਕਦੋਂ ਹੁੰਦਾ, ਜਦੋਂ ਗੁਰੂ ਨੂੰ ਸੁਣਦੇ ਹਾਂ। ਹੁਣ ਕੀ ਹੋਇਆ, ਹਰਿਦੁਆਰ ਜਿਹਨਾਂ ਲੋਕਾਂ ਨੇ ਸੁਣਿਆ ਉਹਨਾਂ ਦੇ ਮਨ ਵਿੱਚ ਗੁਰੂ ਪ੍ਰਗਟ ਹੋ ਗਿਆ, ਪਰ ਜਦੋਂ ਸਿਰਫ ਗੁਰੂ ਨੂੰ ਦੇਖਿਆ ਸੀ, ਦੇਖਿਆ ਸੀ ਜਦੋਂ, ਉਦੋਂ ਨਹੀਂ ਪ੍ਰਗਟ ਹੋਇਆ। ਜੋ ਦੇਖਿਆ ਸੀ ਵੀ ਤਾਂ ਉਲਟ ਸਾਈਡ ਦੇ ਉੱਤੇ ਪਾਣੀ ਸਿੱਟੀ ਜਾਂਦਾ, ਕਈਆਂ ਨੇ ਤਾਂ ਸੋਚਿਆ ਹੁਣ ਇਹ ਤਾਂ ਕੋਈ ਸਿੱਧੜ ਜਿਹਾ ਬੰਦਾ ਲੱਗਦਾ, ਇਹਨੂੰ ਆਹੀ ਨਹੀਂ ਪਤਾ ਵੀ ਪਾਣੀ ਕਿੱਧਰ ਸੁੱਟੀ ਦਾ ਹੁੰਦਾ। ਪ੍ਰਗਟ ਨਹੀਂ ਹੋਇਆ ਗੁਰੂ, ਵੇਖ ਕੇ ਨਹੀਂ, ਅੱਖਾਂ ਨਾਲ ਵੇਖ ਕੇ ਨਹੀਂ ਹੋਇਆ। ਜਦੋਂ ਗੁਰੂ ਨਾਲ ਪਚਾਰ ਹੋਈ, ਗੁਰੂ ਦੀ ਗੱਲ ਸੁਣੀ, ਸਮਝਿਆ, ਪ੍ਰਗਟ ਹੋ ਗਿਆ, ਫਿਰ ਪਤਾ ਲੱਗਿਆ। ਹੋਰ ਲੈ ਲਓ ਉਦਾਹਰਣ, ਪ੍ਰਗਟ ਕਦੋਂ ਹੁੰਦਾ। ਚਲੇ ਗਏ ਗੁਰੂ ਬਾਬਾ ਜੀ ਮੱਕੇ ਦੇ ਵਿੱਚ, ਯਾਦ ਰੱਖਿਓ ਮੱਕਾ ਸ਼ਹਿਰ ਦਾ ਨਾਂ ਹੈ, ਮੱਕਾ ਕਿਹਦਾ ਨਾਂ ਹੈ, ਸ਼ਹਿਰ ਦਾ। ਕਾਬਾ ਜੋ ਉੱਥੇ ਧਰਮ ਸਥਾਨ ਹੈ ਉਹਦਾ ਨਾਂ ਹੈ, ਇਹ ਧਿਆਨ ਚ ਰੱਖਿਓ ਗੱਲ। ਲਓ ਜੀ, ਇਸ ਵੇਲੇ ਗੁਰੂ ਬਾਬਾ ਜੀ ਲੇਟੇ, ਲੇਟ ਗਏ, ਇੱਕ ਨੇ ਆ ਕੇ ਲੱਤ ਦੀ ਚੋਟ ਮਾਰੀ। ਲਿਖਦੇ ਨਾ ਭਾਈ ਗੁਰਦਾਸ ਜੀ, ਜੀਵਨ ਮਾਰੀ ਲੱਤ ਦੀ, ਵੀ ਲੱਤ ਦੀ ਚੋਟ ਮਾਰੀ। ਕਈਆਂ ਨੇ ਤਾਂ ਇਹ ਲਿਖਿਆ ਵੀ ਜੀਵਨ ਨਾਉ ਹੈ, ਪਰ ਮੇਰੀ ਜੋ ਸਮਝ ਵਿੱਚ ਆਇਆ, ਜੀਵਨ ਦਾ ਅਰਥ ਹੈ, ਜੀਵਨ ਮਾਰੀ ਦਾ ਅਰਥ ਵੀ ਚੋਟ ਮਾਰੀ, ਚੋਟ ਦਾ ਅਰਥ ਹੈ, ਮੈਨੂੰ ਇਹ ਸਮਝ ਆਈ ਹੈ। ਹੁਣ ਆਪਾਂ ਸਮਝ ਰਹੇ ਸੀ ਕਿ ਗੁਰੂ ਪ੍ਰਗਟ ਹੁੰਦਾ ਹੈ, ਹੱਸਦਾ ਹੈ। ਦ੍ਰਿੜ ਕਰ ਲਓ, ਵਾਰ ਵਾਰ ਮੈਂ ਕਹਿ ਰਿਹਾ, ਜੀਵਨ ਮਾਰੀ ਲੱਤ ਦੀ ਚੋਟ ਮਾਰੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕਹਿੰਦੇ ਤੂੰ ਖੁਦਾ ਦੇ ਘਰ ਵੱਲ ਲੱਤਾਂ ਕਰੀ ਪਏ, ਕਿਹੜਾ ਪਾਪੀ ਹੈ ਇਹ, ਕੁਫਰ ਕੁਫਾਰੀ। ਲੱਤ ਮਾਰੀ ਮੇਰਾ ਬਾਬਾ ਹੱਸਿਆ, ਉਹਨੇ ਲੱਤ ਮਾਰੀ ਮੇਰਾ ਬਾਬਾ ਹੱਸਿਆ। ਹੱਸ ਕੇ ਬਾਬਾ ਜੀ ਕਹਿੰਦੇ ਗੁੱਸੇ ਕਾਤੇ ਹੁੰਦੇ, ਧਰਮੀ ਪੁਰਸ਼ਾਂ ਨੂੰ ਗੁੱਸਾ ਨਹੀਂ ਚਾਹੀਦਾ। ਹੱਸ ਕੇ ਕਹਿੰਦੇ ਲੈ ਤੂੰ ਮੇਰੀਆਂ ਲੱਤਾਂ ਉੱਧਰ ਕਰਦੇ, ਇੱਧਰ ਖੁਦਾ ਹੈ ਨਹੀਂ। ਬੋਲੋ ਸਤਨਾਮ। ਬਾਬਾ ਹੱਸਿਆ, ਮੇਰੀਆਂ ਲੱਤਾਂ ਉੱਧਰ ਕਰਦੇ ਇੱਧਰ ਖੁਦਾ। ਬਾਬੇ ਦੀ ਹੱਸ ਕੇ ਕਹੀ ਹੋਈ ਗੱਲ ਲੱਤ ਮਾਰਨ ਵਾਲੇ ਦੇ ਅੰਦਰ ਤੱਕ ਉੱਤਰ ਗਈ, ਅੰਦਰ ਤੱਕ ਉੱਤਰ ਗਈ, ਅੰਦਰ ਅੰਦਰ ਅਚੇਤ ਮਨ ਤੱਕ, ਗਹਿਰੇ ਤਲ ਤੱਕ ਉੱਤਰ ਗਿਆ। ਬਾਬਾ ਜਿੱਧਰ ਖੁਦਾ ਹੈ ਨਹੀਂ, ਹੈ ਖੁਦਾ ਬਾਰੇ ਤਾਂ ਉਹਦੇ ਅੰਦਰ ਹੀ ਆਇਆ ਹੋਣਾ। ਖੁਦਾ ਬਾਰੇ ਤਾਂ ਪੜ੍ਹਦੇ ਹਾਂ ਵੀ ਰੱਬ ਉਲ ਆਲਮੀਨ, ਉਹ ਪੜ੍ਹਦੇ ਨੇ, ਪਰ ਇਹ ਤਾਂ ਸਾਰੇ ਆ, ਉਹ ਤੋਂ ਬਿਨਾਂ ਤਾਂ ਹੈ ਹੀ ਨਹੀਂ। ਆਪਣੇ ਅੰਦਰ ਹੀ ਸੋਚਿਆ ਹੋਣਾ, ਉਹਨੇ ਅੰਦਰ ਹੀ ਕਿਹਾ ਹੋਣਾ ਲਾ ਇਲਾ ਇਲੇ ਲਾ, ਅੱਲਾਹ ਤੋਂ ਬਿਨਾਂ ਦਾ ਕੁਛ। ਬਾਬਾ ਤਾਂ ਗੱਲ ਠੀਕ ਕਹਿੰਦਾ, ਹੱਸ ਕੇ ਕਹੀ ਗੱਲ ਜਾ ਦੱਸੀ, ਗੋਸ਼ਟ ਹੋਈ ਮੱਕਾ ਨਿਵਾਸੀਆਂ ਦੇ ਨਾਲ, ਉਹ ਕੱਲ੍ਹ ਨੂੰ ਕਰਾਂਗੇ ਆਪਾਂ।
بابا کے حاجیاں سو بملا باجو کل لواں گے اپا پوڑی پر اج ساکھی نہیں کردیا تا جس ویلے کی ہویا پھر اس ویلے ایسی گوسٹ ایسی وچار پرگٹ ہو گیا گرو بابا انہاں دے اندر اتر گیا شبد روپ دے وچ اندر اتر گیا پھر پھریا مکہ کلا دخاری سارے سہر نواسی گرو بابا جی ول ہو گئے بھی بابا جی بالکل گل صحیح کہندے ہے بولو ستنام کیونکہ مکہ شہر دا نام ہے شہر کدوں پھردا ہوندا ہے جدوں لوک پھر جان ساڈا فرید کوٹ آملیاں چوناں دے وچ کسے ایک پارٹی نوں ووٹ پا دے وے تاں کہنا پوا اے کہ فرید کوٹ فلانے پاسے پھر گیا ادھر نوں ہی الٹ گیا بولو ست نام سارا فرید کوٹ ہی الٹ گیا سارا فرید کوٹ ہی الٹ گیا ہاں جی محاورے بالی شبد آپ نوں سمجھا کرو اکھیاں ہتھاں نوں روکیا کرو الٹ گیا مکہ ہی سارا کہندے بابا جی بالکل ٹھیک گل کہندے ہیں ہس کے بابے نے ہس کے مکھا پھیرتا بابے نے کی کیتا ہس کے تے جتھے کے آپا کہنا جانا بھی خطرناک خطرے تو گھٹ نہیں جانا بھی خطرے تو گھٹ نہیں کرم سنگھ ہسٹورین چلے گئے سی تے ہس پڑے بغداد تو مڑنا پیا سی تے ڈاکٹر معاف کرنا وہ ایک مطلب پولیس والا وہ کتنے جان پچھان والا سی تا بچ گئے انہیں ہسٹری پڑھ کے دیکھو کرم سنگھ سٹوری آن کی مکے نہیں پہنچ گئے سی بردار جو پتہ لگ گیا انہوں بنا کے تو ادھر گئے سی سارا کچھ پر اس مکے دے وچ میرا بابا ہسدا ہے ہس ہس کے مسئلے حل کرتا ہے کلا ہسدا نہیں ہس کے مسئلے حل کرتا ہے حل کر جا چڑھے بابا جی سمیر پربت تے سیدھا کول جنہ دیا عمر بڑیاں جنہاں دیاں جٹاواں بھی بڑیاں جنہاں دے کیس بھی لمبے جنہاں دیاں سمادھیاں بھی بڑیاں سمادھیاں بھی بڑیاں جنہاں دیاں جنہاں کول ردھیاں سدھیاں دے جال بھی بڑے دے دعوے کردے سی جڑے بڑا کچھ چلے گئے بابا جی جو چلے گئے انہاں نے گرو بابا جی نوں ویکھ لیا نا پر ویکھیا کہ سریر دیکھیا دیکھ کے نہیں پرگٹ ہویا گرو نہ دیکھ کے تو کہندے کاکا توں ایتھے کیویں آ گیا کیونکہ بڑیاں عمران دے سی گرو نانک بابا جی دی شریرک عمر چھوٹی سی تے کی کہاں جی میں پام کہہ دینا بھی ہاں بھی کاکا توں ایتھے کیویں آ گیا بھی کاکا ادھر کہنا لکھے ہیں بھائی گرداس جی نے پڑھو سدھ پوچھن سن بالیا بالا دا مطلب بالک سدھ پوچھن سن بالیا کون شکت توہے ایتھے لیائی کہندے کاکا جی تسی کیڑی شکتی نے ایتھے آ گئے ایتھے تاں ہر کوئی آ ہی نہیں سکدا کاکا جی کہندے کیوں ہجے تک گرو نوں دیکھیا نہیں وہ جدوں دیکھنا ہے اندر دی درشٹی نے اکھاں نے تاں ویکھ لیا گرو بابے نوں ویکھیا کی چھوٹی عمر دا بالک ہے بال ہے ایداں نہیں گرو پرگٹ ہوندا ویکھ کے پر جدوں گوشت ہوئی وچاراں ہوئیاں گرو پرگٹ ہویا پہلا بالا کہندے سی بالکا پھر ہولی ہولی یہ نام لین لگ گئے سدھ پوچھن سن نانکا مات لوک وچ کیا ماڑا جہا ودھ گیا سدکار ہے نا نا جا لے کے بلاؤن لگ گئے بھی ہولی پرگٹ سنگھ فرق پی جاتا نا یہ مطلب گل تو سمجھ پی جاتا نہ ہولی 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 جدو بابا پرگٹ ہو گیا این پرتکھ ہو گیا سچے گیان دے راہیں پھر تو ہاتھ جڑ گئے سدھ بولن سب بچن تن نانک تیری وڈی کمائی تن نانک تیری تیری کمائی وڈی من کے ساڈیاں جٹاواں وڈیاں بھاویں ساڈیاں عمراں وڈیاں ساڈیاں سمادھیاں وڈیاں بھاویں ساڈے آسن وڈے ہے پر بابا تیری کمائی وڈی ہے تیری کمائی وڈی ہے عمراں دا کیا جی جی گچارے یار جا ہور دسونی ہوئی نو کھنڈا بچ جانی ہے چلے سب کوئی چنگا ناؤ رکھائے کیا جس کی جگ لے جے تس نظر نہ آئی بات نہ پوچھے گی چلو سو گل چلی سی بابا ہسیا ہسے آ جانا میں شروع تو ہی ادا ہی لیا گا سارے پرسنگ سیدھا کول جا کے بھی ہسیا تن تن گرو نانک صاحب لو جی پھر ہوں آپ پوڑی دی واقعی وچار کریے انہاں تاں کافی ہو گیا پرگٹیا کیویں پرگٹ ہوندا گرو سرت وچ تے جدوں پرگٹ نہ ہویا پھر تاں جنہاں کماں تو گرو بابا جی روک دے ہے او کم اسی
ਕਰੀ ਜਾਂਦੇ ਹਾਂ। ਸੁਰਤ ਸੁੱਤੀ ਹੁੰਦੀ ਆ ਨਾ, ਉਹ ਕੰਮ ਦਾ ਭਾਵ ਸਮਝ ਗਏ। ਕਈਆਂ ਨੂੰ ਮੈਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਪਟਾਕੇ ਚਲਾਉਂਦੇ ਦੇਖਿਆ ਦੇਖਿਆ ਵੀ ਮੈਂ ਗਲਤ ਤਾਂ ਨਹੀਂ ਕਿਹਾ, ਫਿਰ ਕੀ ਕਹਾਂਗੇ ਬੋਲੋ ਤੁਸੀਂ ਦੱਸੋ। ਉੱਥੋਂ ਫਿਰ ਮੈਨੂੰ ਕਹਿਣਾ ਭੂ ਸਖਤ ਲਫ਼ਜ਼ ਕਹਿੰਦੇ, ਗੁੱਸਾ ਤਾਂ ਨਹੀਂ ਕਰਦੇ ਵੀ ਸਿੱਖਾਂ ਦਾ ਦਿਮਾਗੀ ਦੁਆਲਾ ਨਿਕਲ ਗਿਆ। ਗੁਰੂ ਬਾਬਾ ਜੀ ਕਹਿੰਦੇ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਵਾਤਾਵਰਨ ਨੂੰ ਕਿੰਨਾ ਸਤਿਕਾਰ ਦੇਣਾ, ਧਰਤੀ ਨੂੰ ਪਾਣੀ ਨੂੰ ਹਵਾ ਨੂੰ। ਪੜ੍ਹੀ ਜਾਂਦੇ ਹਾਂ ਪਾਵਣ ਗੁਰੂ, ਪਰ ਗੁਰੂ ਬਾਬਾ ਜੀ ਦੇ ਪ੍ਰਕਾਸ਼ ਪੁਰਬ ਤੇ ਹੀ ਰੁਪਈਆਂ ਨੂੰ ਅੱਗ ਲਾ ਕੇ ਹਵਾ ਗੰਦੀ ਕੀਤੀ, ਅੱਗ ਰੁਪਈਆਂ ਨੂੰ ਲਾਈ, ਸ਼ਰਮਾਏਦਾਰੀ ਦੀ ਝੋਲੀ ਭਰੀ, ਹਵਾ ਗੰਦੀ ਕੀਤੀ। ਨਾਲੇ ਕਹਿੰਦੇ ਹੁੰਦੇ ਆ ਗੁਰੂ ਦੇ ਸਿੱਖ, ਸਿੱਖੋ ਨੇ ਤੁਸੀਂ ਕਿੱਡਾ ਦੁੱਖ ਆਉਂਦਾ ਗੁਰੂ ਬਾਬਾ ਜੀ ਦੇ ਪ੍ਰਕਾਸ਼ ਪੁਰਬ ਤੇ ਪਟਾਕੇ। ਇੱਥੋਂ ਪਤਾ ਲੱਗਦਾ ਗੁਰੂ ਬਾਬਾ ਜੀ ਪ੍ਰਗਟ ਨਹੀਂ ਹੋਇਆ, ਧੁੰਦ ਨਹੀਂ ਮਿੱਟੀ। ਗਾਂ ਗਾ ਕੇ ਅਸੀਂ ਵੀ ਵਿੱਚ ਹੀ ਕਹਿ ਦਈਏ, ਸੁਣ ਕੇ ਤੁਸੀਂ ਕਹੋਗੇ ਸਾਨੂੰ ਹੀ ਕਹੀ ਜਾਣ ਲੈ, ਮੈਂ ਆਪਣੇ ਆਪ ਨੂੰ ਕਹਿ ਲੈਣਾ ਗਾਂ ਗਾ ਕੇ ਨਾ ਹਾਰਮੋਨੀਅਮ ਸੁਰਾਂ ਘਸਾਤੀਆਂ, ਢੋਲਕੀਆਂ ਦੇ ਪੁੜੇ ਪਾੜਤੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਰ ਹਵਾ ਵੀ ਗੰਦੀ ਕਰਤੀ, ਧਰਤੀ 'ਤੇ ਵੀ ਗੰਦ ਪਾਤਾ, ਪਾਣੀ ਗੰਦੇ ਕਰ ਦਿੱਤੇ। ਅੱਜ ਦੇਖ ਲਓ ਕੀ ਹਾਲ ਹੈ, ਨਹਾਉਣ ਯੋਗ ਵੀ ਨਹੀਂ ਰਹੇ, ਪੀਣ ਯੋਗ ਤਾਂ ਕਿੱਥੇ ਰਹਿਣੇ ਹੈ। ਅੱਜ ਫਿਲਟਰਡ ਪਾਣੀ ਬੋਤਲਾਂ ਦਾ ਪਾਣੀ ਵਰਤਣਾ ਪੈਂਦਾ, ਕਦੇ ਸਾਹ ਲੈਣ ਵਾਸਤੇ ਹਵਾ ਵੀ ਬੋਤਲਾਂ ਵਾਲੀ ਵਰਤਣੀ ਪਊਗੀ। ਬੋਲੋ ਸਤਨਾਮ। ਆ ਰਹੇ ਆ ਸਿਲੰਡਰ, ਕਈ ਕੰਪਨੀ ਦੇ ਕੱਢ ਵੀ ਦਿੱਤੇ, ਦਿੱਲੀ ਤਾਂ ਲੱਗਦੇ ਆ, ਇਹ ਤਾਂ ਬਾਹਰ ਜਾਣਾ ਹੋਇਆ ਕਰੋ। ਹੁਣ ਬੋਤਲ ਲੈ ਕੇ ਜਾਂਦੇ ਹਾਂ ਪਾਣੀ ਵਾਲੀ, ਫਿਰ ਆਕਸੀਜਨ ਵਾਲਾ ਸਿਲੰਡਰ ਵੀ ਨਾਲ ਲੈ ਕੇ ਜਾਇਆ ਕਰਾਂਗੇ, ਨਾਲ ਲੈ ਕੇ ਜਾਇਆ ਕਰਾਂਗੇ ਸਿਲੰਡਰ, ਅਤੇ ਨਾਲ ਨਾਲ ਗਾਈ ਚੱਲੋ। ਆਉਂਦਾ ਨਹੀਂ ਫਿਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗਾਈ ਚੱਲੋ। ਸੁਣਿਆ ਕੀ ਕਹਿੰਦਾ ਬਾਬਾ, ਸੁਣਿਆ ਕਿੱਥੇ, ਇਹਦਾ ਮਤਲਬ ਧੁੰਦ ਮਿੱਟੀ ਨਹੀਂ, ਕਿੱਥੇ ਮਿੱਟ ਗਈ ਧੁੰਦ, ਧੁੰਦ ਤਾਂ ਮਿੱਟੂ ਜੇ ਗੁਰੂ ਪ੍ਰਗਟ ਹੋਊਗਾ। ਪ੍ਰਗਟ ਗੁਰੂ ਨੇ ਤਾਂ ਹੋਣਾ ਜੇ ਗੁਰੂ ਨੂੰ ਸੁਣਾਂਗੇ। ਪਹਿਲਾਂ ਸਮਝ ਲਿਆ ਵੀ ਗੁਰੂ ਨੇ ਤਾਂ ਅੱਖਰਾਂ ਦਾ ਪੁੱਲ ਬਣਾਤਾ ਪਾਰ ਲੰਘਣ ਵਾਸਤੇ, ਗਿਆਨ ਦਾ ਅੱਖਰੀ ਨਾ ਵੱਖਰੀ ਸਾਲ, ਅੱਖਰਾਂ ਰਾਹੀਂ ਵੱਖਰ ਦਿੰਦਾ ਗੁਰੂ, ਸੱਚੇ ਗਿਆਨ ਦਾ ਵੱਖਰ, ਜਿਸ ਵੱਖਰ ਕੋ ਲੈਣ ਤੂੰ ਆਇਆ। ਉੱਥੋਂ ਅਸੀਂ ਟੁੱਟ ਗਏ, ਕਈ ਤਾਂ ਫੋਟੋਆਂ ਚੱਕੀ ਫਿਰਦੇ ਨੇ ਬਾਬੇ ਦੀਆਂ, ਮੂਰਤੀ ਪੂਜਾ ਦੱਸੋ, ਫੋਟੋਆਂ ਚੱਕੀ ਫਿਰਦੇ, ਫੋਟੋ 'ਚੋਂ ਕੁਛ ਮਿਲੂ ਦੱਸ ਦਿਓ ਜੀ, ਦੱਸਣਾ ਤਾਂ ਕਿਸੇ ਮਾਤਾ ਭੈਣ ਦਾ ਖਿਆਲ ਹੋਵੇ। ਆਮ ਜਿਹੀਆਂ ਉਦਾਹਰਨਾਂ ਦੇ ਦਿਆਂ ਤਾਂ ਕਿ ਹਟ ਜਾਈਏ ਅਸੀਂ ਪੁੱਠੇ ਕੰਮ ਕਰਨ। ਖੰਡ ਦੀ ਫੋਟੋ ਵਿੱਚੋਂ ਮਿਠਾਸ ਕਰਦਿਆ ਕਰੋ ਪੂਰੀ ਛੇਤੀ ਦਿਨ, ਟਾਈਮ ਨਾ ਲੱਗੇ, ਨਹੀਂ ਮਿਲਦਾ। ਅੱਗ ਦੀ ਫੋਟੋ 'ਚੋਂ ਨਿੱਕ, ਨਹੀਂ ਮਿਲਦਾ। ਫੁੱਲ ਦੀ ਫੋਟੋ 'ਚੋਂ ਖੁਸ਼ਬੂ, ਚਲੋ ਛੱਡੋ ਇਹ ਤਾਂ ਉਦਾਹਰਨਾ ਨਹੀਂ, ਜਿਵੇਂ ਫੁੱਲ ਦੀ ਫੋਟੋ ਤੋਂ ਖੁਸ਼ਬੂ ਨਹੀਂ ਮਿਲਦੀ, ਅੱਗ ਦੀ ਫੋਟੋ 'ਚੋਂ ਨਿੱਘ ਨਹੀਂ ਮਿਲਦਾ, ਖੰਡ ਦੀ ਫੋਟੋ 'ਚੋਂ ਮਿਠਾਸ ਨਹੀਂ ਮਿਲਦਾ, ਅਤੇ ਸਰੀਰ ਦੀ ਫੋਟੋ 'ਚੋਂ ਗਿਆਨ ਨਹੀਂ ਮਿਲਦਾ। ਸਰੀਰ ਦੀ ਫੋਟੋ ਤੋਂ ਯਕੀਨ ਲੱਭਦੇ ਫੋਟੋਆਂ 'ਚੋਂ ਕੀ ਭਾਲਦੇ ਹੋ? ਕਈ ਭੈਣਾਂ ਸਾਰੀਆਂ ਨਹੀਂ ਕਹਿੰਦਾ, ਬਹੁਤ ਸਿਆਣੀਆਂ ਬੈਠੀਆਂ, ਕੁਝ ਜਿਹਨੂੰ ਗਿਆਨ ਨਹੀਂ ਫੋਟੋ ਦੇ ਮੂਹਰੇ, ਮੇਰੀ ਆਦਤ ਇੱਦੀ ਮੈਂ ਐਕਸ਼ਨ ਕਰ ਦਿੰਦਾ ਨਾਲ, ਜਿਉਂ ਘੁਮਾਉਂਦੀਆਂ ਧੂਫ ਚੱਕਰੀਆਂ, ਬਾਬੇ ਅੱਗਾਂ ਉੱਤੋਂ ਥੱਲੇ ਉੱਤੋਂ ਜਾ ਕੇ ਦੱਸ, ਇੱਥੋਂ ਕੀ ਕੱਢਦੀਆਂ, ਦੱਸੇ ਸਰ ਨਾਸਾਂ ਨੂੰ ਧੂੰਆਂ ਚੜਾਈ ਜਾਣਾ, ਆਪਾਂ ਵੀ ਜਿੱਦੀ ਹੱਸਲ ਗਈ ਫਿਰ ਬਾਬੇ ਦੇ ਗੁਰਪੁਰਬ 'ਤੇ, ਨਾਸੀ ਧੂੰਆਂ ਲੈ ਚੜਾ ਤਾ, ਨਾਸੀ ਧੂੰਆਂ ਕਰ ਲਈ ਪੂਜਾ, ਪੂਜਾ ਕਰਦੇ ਮੂਹਰੇ ਜੋਤ ਲਾਤੀ, ਬਾਬੇ ਨੂੰ ਜੋਤ ਦਿਖਾਉਣੇ, ਕੰਧਾਂ ਥੰਦੀਆਂ ਕਰਤੀਆਂ ਪੂਜਾ, ਅਤੇ ਜੇ ਪੂਜਾ ਕਰਨੀ ਸੀ ਤਾਂ ਕਰਨੀ ਹੈ ਪੂਜਾ, ਪੁੱਛ ਲਈਏ ਬਾਬੇ ਤੋਂ, ਨਾਲ ਨਾਲ ਗਾਇਣ ਵੀ ਕਰ ਲਈਏ, ਮਾੜਾ ਜਿਹਾ ਰਸ ਜਿਹਾ ਬਣਿਆ ਰਹਿੰਦਾ, ਸੁਸਤੀ ਨਹੀਂ ਆਉਂਦੀ। ਆ ਪੂਜਾ ਗੁਰੂ ਬਾਬੇ ਨੇ ਇੱਕ ਪੰਕਤੀ 'ਚ ਪੂਜਾ ਦੀ ਕੰਮ ਨਿਬੇੜਤੀ, ਜੇ ਕੋਈ ਗੱਲ ਮੰਨੀ, ਪੂਜਾ ਕਰੋ ਸੱਚੀ ਪੂਜਾ, ਜਿਸ ਦੀ ਸੱਚੀ ਪੂਜਾ ਦੇ ਉੱਤੇ ਕੋਈ ਖਰਚ ਨਹੀਂ ਹੁੰਦਾ, ਖੇਚਲਾ ਨਹੀਂ ਹੁੰਦੀ, ਸੱਚੀ ਪੂਜਾ ਹਰ ਕੋਈ ਹਰ ਵੇਲੇ ਹਰ ਥਾਂ, ਹਰ ਕੋਈ ਹਰ ਵੇਲੇ ਹਰ ਥਾਂ ਜਿੱਥੇ ਕਿਤੇ ਵੀ ਕਰ ਸਕਦਾ। ਕਿਹੜੀ ਪੂਜਾ ਉਹ, ਪੁੱਛੋ ਗੁਰੂ ਬਾਬੇ ਨੂੰ, ਪੜ੍ਹਿਓ ਸਾਰੇ, ਪੂਜਾ ਕੀ ਚੈਨਾਮ ਤੇ ਆਈਐ, ਪੂਜਾ ਕੀ ਚੈਨਾਮ ਤੇ
ਪੂਜਾ ਤਾਂ ਮੇਰੇ ਬਾਬਾ ਜੀ ਕਹਿੰਦੇ ਕਰਨੀ ਚਾਹੀਦੀ ਹੈ, ਪੂਜਾ ਕੀਚਾ, ਪਰ ਕਰਨੀ ਕਿਵੇਂ ਚਾਹੀਦੀ ਹੈ? ਨਾਮ ਧਿਆਈਐ ਧਿਆਈਐ, ਕਹਿੰਦੇ ਨਾਮ ਧਿਆਉਣਾ ਚਾਹੀਦਾ ਹੈ। ਪਰਮੇਸ਼ਵਰ ਨੂੰ ਧਿਆਨ ਚ ਰੱਖੀਏ, ਉਹਦੀ ਹੋਂਦ ਨੂੰ ਮਹਿਸੂਸ ਕਰੀਏ। ਪੂਜਾ ਕੀਚਾ ਨਾਮ ਧਿਆਈਐ, ਬੋਲਿਆ ਕਰੋ ਨਾਲ, ਸੁਸਤ ਜੀ ਕਿਵੇਂ ਹੋ? ਪੂਜਾ ਕੀਚਾ ਨਾਮ ਧਿਆਈਐ, ਬਿਨਾਂ ਨਾਮ ਹੈ ਪੂਜ ਨਾ ਹੋਏ, ਨਿਪਟ ਗਈ ਗੱਲ। ਆਪਣੇ ਬਾਬਾ ਜੀ ਕਹਿੰਦੇ ਪਰਮੇਸ਼ਰ ਨੂੰ ਯਾਦ ਕਰਨ ਤੋਂ ਬਿਨਾਂ ਹੋਰ ਕੋਈ ਪੂਜਾ ਹੁੰਦੀ ਕੋਈ ਨਹੀਂ। ਬੋਲੋ ਸਤਨਾਮ। ਅੱਡੇ ਝਗੜੇ ਨਮੇੜਤੇ ਮੇਰੇ ਬਾਬੇ ਨੇ ਇੱਕ ਪੰਕਤੀ 'ਚ, ਨਹੀਂ ਦੁਨੀਆ ਕਿੰਨੀ ਉਲਝੀ ਹੋਈ ਹੈ। ਕੋਈ ਜੋਤਾਂ ਲਾ ਕੇ ਦੇਸੀ ਘਿਓ ਫੂਕਦਾ, ਕੋਈ ਆਰਤੀ ਦੇ ਨਾਂ 'ਤੇ ਥਾਲੀਆਂ ਘੁਮਾਉਂਦਾ, ਘੁਮਾਉਂਦੇ ਨੇ ਨਾ, ਕੋਈ ਨਾਸਾਂ ਨੂੰ ਧੂੰਆਂ ਚੜ੍ਹਾਉਂਦਾ, ਕੋਈ ਚੰਦਨ ਦੇ ਟਿੱਕੇ ਲਾਉਂਦਾ, ਕੋਈ ਕੇਸਰ ਦੇ ਟਿੱਕੇ ਲਾਉਂਦਾ, ਕੋਈ ਫੁੱਲ ਖਿਲਾਰਦਾ, ਕੋਈ ਕੁਛ ਕਰਦਾ, ਉਲਝੀ ਪਈ ਹੈ ਦੁਨੀਆ। ਪਰ ਆਪਣੇ ਬਾਬਾ ਜੀ ਕਹਿੰਦੇ ਪਰਮੇਸ਼ਰ ਨੂੰ ਯਾਦ ਕਰਨਾ ਹੀ ਪਰਮੇਸ਼ਰ ਦੀ ਪੂਜਾ ਹੈ। ਹੁੰਦੀ ਹੈ ਕੋਈ ਖੇਚਲਾ? ਬੋਲੋ, ਖਰਚ ਹੁੰਦਾ ਕੋਈ ਭੈਣ ਜੀ? ਹਰ ਵੇਲੇ ਹਰ ਕੋਈ ਹਰ ਥਾਂ ਕਰ ਸਕਦਾ ਨਾ ਰੱਬ ਦੀ ਪੂਜਾ? ਜਿਹਦੇ ਕੋਈ ਖਰਚ ਖੇਚਲਾ ਨਹੀਂ ਹੁੰਦੀ ਰੱਬ ਜੀ ਦੀ ਪੂਜਾ 'ਤੇ। ਕਿੰਨੇ ਨਿਬੜ ਕੇ ਝਗੜੇ, ਫਿਰ ਪੰਕਤੀ ਯਾਦ ਕਰੋ ਦੁਬਾਰੇ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋ। ਇੱਕ ਪੰਕਤੀ ਹੋਰ ਲੈ ਲਓ, ਉਹ ਵੀ ਯਾਦ ਰਹਿ ਜਾਏ ਤਾਂ। ਕਿਤੇ ਵਣ 'ਚ ਬਚਨ ਆਉਂਦਾ, ਕਹਿੰਦੇ ਹਰੀ ਪਰਮੇਸ਼ਰ ਦੀ ਪੂਜਾ ਦੁਨੀਆ 'ਤੇ ਐਵੇਂ ਭਰਮਾਂ 'ਚ ਭੁੱਲੀ ਫਿਰਦੀ ਹੈ, ਐਵੇਂ ਭਟਕਦੀ ਫਿਰਦੀ ਹੈ, ਬਿਨ ਨਾਮੈ ਹੋਰ ਪੂਜ ਨਾ ਹੋ ਬਈ। ਭਰਮ ਭੁੱਲੀ ਲੁਕਾਈ ਲੁਕਾਈ, ਦੁਨੀਆ 'ਤੇ ਐਵੇਂ ਭਰਮਾਂ 'ਚ ਭਟਕਦੀ ਫਿਰਦੀ ਹੈ, ਪਰਮੇਸ਼ਰ ਦੀ ਯਾਦ ਤੋਂ ਬਿਨਾਂ ਹੋਰ ਪੂਜਾ ਹੁੰਦੀ ਵੀ ਨਹੀਂ ਕੋਈ। ਕਿੰਨੀ ਸਪਸ਼ਟ ਹੈ ਜੀ ਗੱਲ? ਇੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਜੋਤਾਂ ਲਾਈ ਜਾਂਦੇ ਆ, ਧੂਫਾਂ ਦੇਈ ਜਾਂਦੇ ਨੇ। ਜੇ ਕਹੀਏ ਤਾਂ ਬਾਬਾ ਤਾਂ ਹੱਸ ਹੱਸ ਗੱਲ ਕਹਿੰਦਾ, ਪਰ ਅੱਜ ਵਾਲੇ ਹੱਸ ਕੇ ਗੁਰੂ ਦਾ ਉਪਦੇਸ਼ ਨਹੀਂ ਗ੍ਰਹਿਣ ਕਰਦੇ, ਕਈ ਤਾਂ ਲੜਨ ਪੈਂਦੇ ਆ। ਲੜਨ ਨੂੰ ਸਿੱਖ ਤਾਂ ਅੱਜ ਖਾਸ ਕਰ ਆਗੂ ਟੈਪ ਲੋਕ ਤਾਂ ਸੱਜਣ ਵਰਗਿਆਂ ਨੂੰ ਵੀ ਭੈੜੇ ਹੋ ਗਏ, ਉਹ ਸੁਣਤਾ ਲਈ ਗੱਲ। ਹਰਿਦੁਆਰ ਦੇ ਪਾਂਡਿਆਂ ਨੇ ਗੱਲ ਤਾਂ ਸੁਣ ਲਈ ਬਾਬੇ ਦੀ, ਪਰ ਅੱਜ ਵਾਲੇ ਤਾਂ ਗੱਲ ਨੂੰ ਪੈਂਦੇ ਸੁਣਨ ਨੂੰ ਤਿਆਰ ਵੀ ਨਹੀਂ ਹੁੰਦੇ, ਸੁਣਨ ਨੂੰ ਤਿਆਰ ਨਹੀਂ ਹੁੰਦੇ। ਸੋ ਇਸ ਕਰਕੇ ਹੁਣ ਇਹ ਹੈ ਗੁਰੂ ਦਾ ਦਰਸ਼ਨ। ਸਾਢੇ ਨੌ ਸਮਾਪਤੀ ਕਰਦੀ ਹੈ, ਸਾਢੇ ਨੌ, ਠੀਕ ਹੈ। ਚਲੋ ਅੱਧਾ ਘੰਟਾ ਆਪਾਂ ਹੋਰ ਹੱਸ ਲਈਏ ਬਾਬੇ ਨਾਲ ਅੱਜ। ਹਾਂਜੀ, ਕਈ ਹਾਸਾ ਭਾਗਾਂ ਵਾਲਿਆਂ ਨੂੰ ਆਉਂਦਾ ਬਾਬੇ ਨਾਲ ਹੱਸਣ ਦਾ, ਪਰ ਮਾਫ ਕਰਨਾ, ਕਈ ਬਾਬੇ ਦੇ ਹਾਸਿਆਂ ਵਿੱਚ ਕਚੂਚ ਹੋ ਜਾਂਦੇ ਆ ਕਿ ਬਾਬਾ ਹਾਸੇ ਹੱਸ ਸਹੀ ਸੱਚੀ ਗੱਲ ਕਹਿ ਜਾਂਦਾ, ਹਾਸੇ ਹਾਸੇ 'ਚ ਜਿਹਨੂੰ ਸੱਚੀ ਗੱਲ ਫਿੱਟ ਨਹੀਂ ਆਉਂਦੀ ਬਾਬਾ ਹੱਸਦਾ ਰਹਿੰਦਾ, ਪਰ ਕਈ ਸੁਣਨ ਵਾਲੇ ਕ੍ਰੋਧੀ ਹੋ ਜਾਂਦੇ ਆ। ਇੱਦਾਂ ਵੀ ਦੇਖਿਆ, ਕਮਾਲ ਹੋ ਗਈ। ਚਲੋ ਹਾਂਜੀ, ਹੁਣ ਆਪਾਂ ਸਮਝ ਰਹੇ ਸੀ, ਆਓ ਇਹ ਪੌੜੀ ਦੀ ਕਥਾ ਤਾਂ ਪੂਰੀ ਕਰ ਲਈਏ। ਸਾਖੀਆਂ ਦੇ ਇਸ਼ਾਰੇ ਆਪਾਂ ਕਾਫੀ ਲੈ ਲਏ, ਸਿੱਖਿਆਵਾਂ ਲਿਓ ਸਾਖੀਆਂ ਤੋਂ, ਸਾਖੀਆਂ ਸੁਣਦੇ ਬਹੁਤ ਦੇਰ ਹੋ ਗਈ। ਇੱਕ ਗੱਲ ਯਾਦ ਰੱਖਿਓ, ਸੱਜਣ ਠੱਗ ਭਾਈ ਸੱਜਣ ਬਣ ਗਿਆ, ਕੀ ਹੋ ਗਿਆ? ਸੱਪ ਕੀਲਤਾ। ਉਹ ਕੀ ਹੈ? ਜੇ ਚਿੱਤਰ ਭਾਸ਼ਾ ਵਿੱਚ ਕਹਿਣਾ ਹੋਵੇ ਸੱਜਣ ਠੱਗ ਵਾਲੀ ਸਾਖੀ ਨੂੰ, ਉਸ ਸਾਖੀ ਦਾ ਚਿੱਤਰ ਬਣਾ ਦਿਆਂ, ਉਹ ਚਿੱਤਰ ਭਾਸ਼ਾ ਹੈ, ਚਿੱਤਰ ਬਣ ਗਿਆ। ਲਓ ਜੀ, ਗੁਰੂ ਬਾਬਾ ਜੀ ਨੂੰ ਸੱਪ ਛਾਂ ਕਰ ਰਿਹਾ। ਸੱਪ ਦਾ ਸੁਭਾਅ ਕੀ ਹੈ? ਡੰਗ ਮਾਰਨਾ। ਪਰ ਸੱਪ ਕੀ ਕਰ ਰਿਹਾ? ਛਾਂ, ਭਾਵ ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਕਿ ਮਾੜੇ ਤੋਂ ਮਾੜੇ ਬੰਦੇ ਨੂੰ ਸੁਧਾਰ ਕੇ ਚੰਗਾ ਕੰਮ ਲਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਦਾ ਆਸ਼ਾਵਾਦੀ ਮਿਸ਼ਨ, ਗੁਰੂ ਬਾਬਾ ਜੀ ਦਾ ਆਸ਼ਾਵਾਦੀ ਮਿਸ਼ਨ, ਸੱਪਾਂ ਤੋਂ ਵੀ ਛਾਂ ਦੇ ਕੰਮ ਲਵਾਂਗੇ। ਆਪਣੇ ਵਰਗੇ ਤਾਂ ਕਹਿੰਦੇ ਤਾਂ ਬੋਲਾ ਵਿਗੜਿਆ, ਇਹਦਾ ਕੀ ਇਲਾਜ ਹੈ, ਤਾਂ ਵੱਢਣਾ ਹੀ ਪਊਗਾ। ਬਾਬਾ ਜੀ ਕਹਿੰਦੇ ਨਹੀਂ ਭਾਈ, ਇਹ ਵੀ ਛਾਂ ਕਰੂਗਾ। ਬੋਲੋ ਸਤਨਾਮ। ਕੀ ਹੋਇਆ ਜੇ ਸੱਪ ਹੈ, ਆਪਾਂ ਛਾਂ ਲਾ ਦਿਆਂਗੇ ਕਰਨਾ,
ਸੱਜਣ ਠੱਗ ਭਾਈ ਸੱਜਣ ਬਣ ਕੇ ਛਾਂ ਲੱਗ ਗਿਆ ਨਾ ਕਰਨ ਕੌਡਾ ਭੀਲ ਛਾਂ ਲੱਗ ਗਿਆ ਨਾ ਕਰਨ ਭੂਮੀਆਂ ਛਾਂ ਲੱਗ ਗਿਆ ਨਾ ਕਰਨ ਇਹ ਸੱਪ ਦੀ ਛਾਂ ਮਿਸ਼ਨ ਹੈ ਗੁਰੂ ਨਾਨਕ ਸਾਹਿਬ ਦਾ ਚਿੱਤਰ ਭਾਸ਼ਾ ਹੈ ਹਾਂਜੀ ਸੱਜਣ ਠੱਗ ਵਰਗੇ ਛਾਂ ਕਰਨ ਲੱਗ ਗਏ ਮਿਸ਼ਨ ਹੁੰਦਾ ਹੈ ਸੋ ਰਹੋ ਵਿਚਾਰ ਆਪਾਂ ਸਮਝ ਰਹੇ ਸੀ ਨਾਲ ਨਾਲ ਆਓ ਪੌੜੀ ਤੇ ਆ ਜਾਈਏ ਹੁਣ ਵਿਆਖਿਆ ਬਹੁਤ ਹੋ ਗਈ ਇਸ ਨੁਕਤੇ ਦੀ ਜਦੋਂ ਗੁਰੂ ਪ੍ਰਗਟ ਹੋਇਆ ਸਾਡੇ ਜੀਵਨ 'ਚ ਜੋ ਸੁਣਿਆ ਬਾਬੇ ਨੇ ਇੱਕ ਪੰਕਤੀ ਨਿਬੇੜੇ ਕਰ ਦਿੰਦੀ ਹੈ ਬਾਬੇ ਦੀ ਇੱਕੀ ਪੰਕਤੀ ਵੈਸੇ ਤਾਂ ਵਿਆਖਿਆ ਤਾਂ ਹੈ ਬਾਣੀ 'ਚ ਵੀ ਸਾਡਾ ਢੀਠ ਮਨ ਇੱਕ ਗੱਲ ਸੁਣ ਕੇ ਕਈ ਵਾਰੀ ਮੰਨਦਾ ਨਹੀਂ ਇਹਨੂੰ ਮਨਾਉਣ ਵਾਸਤੇ ਨਾ ਇੱਕੋ ਗੱਲ 100 ਵਾਰੀ ਕਹਿਣੀ ਪੈਂਦੀ ਹੈ ਉਹ ਵੀ ਬਦਲਵੇਂ ਰੂਪ ਨਾਲ ਤਾਂ ਇੱਕੋ ਗੱਲ ਗੁਰਬਾਣੀ 'ਚ ਬਦਲਵੇਂ ਰੂਪ 'ਚ 100-100 ਵਾਰੀ ਹੈ ਇੱਕ ਵਾਰੀ ਕਦੋਂ ਮੰਨਦਾ ਹੈ ਇੱਕ ਵਾਰੀ ਕਹਾਂ ਚੱਲ ਮੰਨ ਲਿਓ ਹੁਣ ਇੱਕ ਇੱਕ ਵਾਰੀ ਗੱਲਾਂ ਵੀ ਕਹਿੰਦਾ ਦੋ ਚਾਰ ਵੀ ਮਸਲੇ ਵੱਡੇ ਵੱਡੇ ਹਲ ਜਿਵੇਂ ਆ ਪੂਜਾ ਦਾ ਮਸਲਾ ਹੱਲ ਹੋ ਗਿਆ ਨਾ ਇੱਕੇ ਪੰਕਤੀ 'ਚ ਪੂਜਾ ਕੀ ਚਾਹੇ ਨਾਮ ਧਾਈਏ ਬਿਨ ਨਾਮ ਹੈ ਸਾਰੀ ਨਿਬੜ ਗਈ ਗੱਲ ਕਹਿੰਦਾ ਇੱਕ ਪੰਕਤੀ ਆ ਨਾ ਇੱਕ ਪੰਕਤੀ ਹੋਰ ਸੁਣਿਓ ਉਹ ਨਿਬੇੜੇ ਕਰ ਦੂ ਗੱਡੇ ਇੱਕੋ ਹੀ ਪੰਕਤੀ ਸਰਵੰਗ ਸਾਚਾ ਏਕ ਹੈ ਦੂਜਾ ਨਾਹੀਂ ਇੱਕ ਪੰਕਤੀ ਨੇ ਇੱਕੇ ਪੰਕਤੀ ਨੇ ਸਾਰੇ ਦੇਵੀ ਦੇਵਤੇ ਬਾਬੇ ਪੀਰਾਂ ਦਾ ਭੋਗ ਪਾਤਾ ਵੀ ਸਾਰੇ ਇੱਕੋ ਹੀ ਪਰਮੇਸ਼ਰ ਹੈ ਦੂਜਾ ਕੋਈ ਹੈ ਹੀ ਨਹੀਂ ਬੋਲੋ ਸਤਨਾਮ ਸਰਵੰਗ ਸਾਚਾ ਦੂਜਾ ਪ੍ਰਮਾਣ ਹੋਰ ਬਥੇਰੇ ਨੇ ਪਰ ਇੱਕ ਪੰਕਤੀ ਕੋਈ ਯਾਦ ਰੱਖ ਲਏ ਪ੍ਰਮਾਣ ਕਿਤੇ ਗੁਰੂ ਬਾਬਾ ਜੀ ਕਹਿੰਦੇ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਇੱਕੋ ਹੀ ਦੂਜਾ ਕਿਉਂ ਕਿਤੇ ਵਿਆਖਿਆ ਹੁਣ ਮੈਂ ਕਰਨ ਲੱਗਿਆ ਕਿਤੇ ਕਹਿੰਦੇ ਤੁਸੀਂ ਦੂਜੇ ਤੋਂ ਮੰਗਦੇ ਹੋ ਲਾਲਚ ਵਾਸੋ ਕੇ ਨਹੀਂ ਭਾਈ ਇੱਕੋ ਹੀ ਆ ਸਭਨਾ ਜੀਆਂ ਕਾ ਬੋਲੋ ਮਾਮਾ ਭੈਣਾ ਸਭਨਾ ਜੀਆਂ ਕਾ ਹੁਣ ਦੂਜੇ ਤੋਂ ਨਾ ਮੰਗਿਓ ਹੁਣ ਨਾ ਮੁੜ ਕੇ ਕਦੇ ਕਿਹਾ ਇਹ ਫਲਾਣੇ ਕਬਰਾਂ ਵਾਲਿਆ ਇਹ ਸਮਾਧਾਂ ਵਾਲਿਆ ਇਹ ਡੇਰੇ ਵਾਲਿਆ ਇਹ ਫਲਾਣੇ ਬਾਬਿਆ ਇੱਕੋ ਹੀ ਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਇੱਕੋ ਹੀ ਦਾਤਾ ਡਰਦੇ ਮਾਰੇ ਮੰਨਦੇ ਕਿਸੇ ਨੂੰ ਗੁਰੂ ਜੀ ਕਹਿੰਦੇ ਨਾ ਭਾਈ ਹਰ ਇੱਕ ਸਹਿਦਾ ਹੈ ਅਮਰ ਇੱਕ ਦੀ ਗੱਲ ਹੈ ਹੁਣ ਵਿਆਖਿਆ ਇਹ ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾ ਹੈ ਡਰ ਭਰਮ ਭਾਓ ਦੂਰ ਕਰ ਕੀ ਕਹਿੰਦੇ ਨੇ ਆਪਣੇ ਗੁਰੂ ਬਾਬਾ ਜੀ ਕਹਿੰਦੇ ਇੱਕੋ ਹੀ ਮਾਲਕ ਦਾ ਹੁਕਮ ਚੱਲਦਾ ਹਰ ਇੱਕ ਸੈ ਦਾ ਹੈ ਅਮਰ ਅਮਰ ਮੀਨ ਹੁਕਮ ਰੱਬੀ ਕਾਨੂੰਨ ਰੱਬੀ ਨਿਯਮ ਦੀ ਕੌਸਮਿਕ ਲਾ ਇੱਕੋ ਹੀ ਰੱਬੀ ਕਾਨੂੰਨ ਚੱਲਦਾ ਹੈ ਇੱਕੋ ਹੀ ਰੱਬ ਜੀ ਦਾ ਹੁਕਮ ਚੱਲਦਾ ਫਿਰ ਪੜਿਓ ਹਰ ਇੱਕ ਸੈ ਦਾ ਹੈ ਅਮਰ ਇੱਕੋ ਹਰ ਚਿੱਤ ਧਰ ਇੱਕੋ ਹਰੀ ਪਰਮੇਸ਼ਰ ਨੂੰ ਚਿੱਤ ਵਿੱਚ ਧਰ ਲਓ ਹਰ ਤਿਸ ਬਿਨ ਕੋਈ ਨਾ ਹੈ ਉਸ ਤੋਂ ਬਿਨਾਂ ਹੋਰ ਹੈ ਹੀ ਨਹੀਂ ਕੋਈ ਇੱਥੇ ਕਿਸੇ ਦਾ ਹੁਕਮ ਨਹੀਂ ਚੱਲਦਾ ਸਾਡੀ ਜ਼ਿੰਦਗੀ 'ਚ ਕਿਸੇ ਕਬਰ ਵਾਲੇ ਦਾ ਕਿਸੇ ਸਮਾਧ ਵਾਲੇ ਦਾ ਕਿਸੇ ਬਾਬੇ ਪੀਰ ਦਾ ਕੋਈ ਸੰਬੰਧ ਨਹੀਂ ਸਾਡੀ ਜ਼ਿੰਦਗੀ 'ਚ ਨਾ ਕਰਮ ਅਤੇ ਰੱਬੀ ਕਾਨੂੰਨ ਕਰਮ ਉੱਤੇ ਰੱਬੀ ਕਾਨੂੰਨ ਹੋਣ ਲੱਗਦਾ ਬਸ ਹੋਰ ਕਿਸੇ ਦਾ ਕੋਈ ਸੰਬੰਧ ਨਹੀਂ ਕਹਿੰਦੇ ਹਰ ਤਿਸ ਬਿਨ ਕੋਈ ਨਾ ਹੀ ਡਰ ਭਰਮ ਪਾਓ ਦੂਰ ਜੇ ਤੁਹਾਨੂੰ ਕਿਸੇ ਨੇ ਡਰ ਪਾਤਾ ਭਰਮ ਪਾਤਾ ਕੌਣ ਪਾਉਂਦਾ ਜੇ ਨਾ ਜਾਊ ਤਾਂ ਕਿਉਂ ਪੈਣ ਕੌਣ ਪਾਉਂਦਾ ਭੈਣਾਂ ਨੂੰ ਪਤਾ ਚੇਲਾ ਜੋਤ ਸੀ ਬੂਵਣਾ ਡੇਰੇ ਵਾਲੇ ਇਹੀ ਪਾਉਂਦੇ ਨੇ ਨਾ ਦੁਨੀਆਂ ਭਰਮ ਤੋੜਨ ਵਾਲਿਆਂ ਕੋਲ ਨਹੀਂ ਆਉਂਦੀ ਦੁਨੀਆਂ ਭਰਮ ਪਾਉਣ ਵਾਲਿਆਂ ਕੋਲ ਜਾਂਦੀ ਆ ਜਿਹੜਾ ਗੁਰੂ ਕੋਲ ਰੁਕ ਗਿਆ ਨਾ ਉਹਦੇ ਭਰਮ ਟੁੱਟ ਗਏ ਨਾ ਪਰ ਜਾਂਦੀ ਦੁਨੀਆਂ ਭਰਮ ਭਰਮ ਪਾਉਣ ਨੂੰ ਕੀ ਕਹਿੰਦੇ ਨੇ ਸਿਆਣੇ ਹਾਏ ਹਾਏ ਸਿਆਣੇ ਦੇਖ ਲਓ ਜਿਹੜੇ ਬੇਅਕਲ ਉਹਨੂੰ ਸਿਆਣਾ ਕਹਿਣਗੇ ਜਿੰਨੇ ਦੁਨੀਆਂ ਦੇ ਬੇਅਕਲ ਸਿਆਣੇ ਬਣਾਤੇ ਕਮਾਲ ਹੋ ਗਈ ਇਸ ਕਰਕੇ ਸਿੱਧ ਹੋ ਗਿਆ ਬਾਣੀ ਤੋਂ ਵੀ ਡਰਿਆ ਨਾ ਕਰੋ ਡਰਦੇ ਮਾਰੇ ਨਾ ਕਿਸੇ ਨੂੰ ਮੰਨਿਆ ਕਰੋ ਕੌਣ ਕਹਿੰਦਾ ਆਪਣੇ ਗੁਰੂ ਬਾਬਾ ਜੀ ਦੀਆਂ ਗੱਲਾਂ ਸੁਣਾਈਆਂ ਮੈਂ ਤਾਂ ਮੇਰੀ ਕੋਈ ਗੱਲ ਨਹੀਂ ਵਿੱਚ ਜੇ ਕਿਤੇ ਮੇਰੀ ਕੋਈ ਗੱਲ ਹੋ ਗਈ ਸਾਰੇ ਦੀਵਾਨ 'ਚ ਉਹ ਮੇਰੀ ਭੁੱਲ ਜਾਣ ਕੇ ਛੱਡ ਦਿਓ ਵੀ ਆਹ ਪੰਥਵੀਰ ਸਿੰਘ ਕੋਲੋਂ ਕਹਿ ਗਿਆ ਆਪਾਂ ਕੋਲੋਂ ਗੱਲ ਕੋਈ ਕਹੀ ਨਹੀਂ ਵੈਸੇ ਇਸ ਕਰਕੇ ਡਰਦੇ ਮਾਰੇ ਨਾ ਮੰਨਿਓ ਕਿਸੇ ਨੂੰ ਲਾਲਚ ਦੇ ਮਾਰੇ ਨਾ ਮੰਨਿਓ ਨਿਬੇੜਤਾ ਕੰਮ ਇੱਕੋ ਹੀ ਹੈ ਸਰਵਣ ਸੱਚ ਹੈ ਕਿ ਦੂਜਾ ਨਹੀਂ ਅਤੇ ਪਹਿਲੇ ਬਚਨ ਨਹੀਂ ਭੋਗ ਪਾਤਾ ਸਭ ਦਾ ਇੱਕ ਓ ਅੰਕਾਰ ਇੱਕ ਅਕਾਲ ਪੁਰਖ ਕਰਸ ਵਿਆਪਕ ਹੈ ਫਿਰ ਪੜ੍ਹੋ ਇੱਕ ਓ ਅੰਕਾਰ ਇੱਕ ਓ ਅੰਕਾਰ ਇੱਕ ਪਰ ਪਤਾ ਨਹੀਂ ਕੀ ਹੈ ਦੂਜੇ ਦਾ ਕਿਉਂ ਖੜਾ ਛੱਡਿਆ ਇੱਕ ਹੋ ਗਏ ਨਾ ਫੈਸਲੇ ਕਿੱਡੇ ਕਿੱਡੇ ਜੱਬ ਨਿਬੜ ਗਏ ਨਿਬੜ ਗਏ ਨਾ ਥਾਂ ਥਾਂ ਆਉਣ ਜਾਣ ਦੇ ਧੂੜ ਤੋਂ ਧੂੜ ਤੋਂ ਪਤਾਕੇ ਖਾਣ ਤੋਂ ਬਚਾਅ ਹੋ ਗਿਆ ਇੱਕ ਪੰਕਤੀ ਤੋਂ ਨਿਬੇੜਾ ਸੁਣੈ ਸੁਣੈ 68 ਕਾ ਇਸ਼ਨਾਨ ਸੁਣਿਆ ਦਾ ਅਰਥ ਕੀ ਹੁੰਦਾ ਜੇ ਸੁਣ ਲਈਏ ਜੇ ਸੁਣ ਲਈਏ ਸੁਣੈ ਸਮਝ ਲਓ 68 ਤੀਰਥਾਂ ਦੇ ਨਹਾਉਣ ਹੋ ਗਏ
ਸੱਚੇ ਗਿਆਨ ਨੂੰ ਸੁਣਦਿਆਂ ਹੀ 68 ਤੀਰਥਾਂ ਦੇ ਨਾਉਣ ਹੋ ਗਏ ਸੁਣੇ 68 ਕਾ ਇਸ਼ਨਾਨ। ਨਿਬੜ ਗਈ ਗੱਲ ਇੱਕ ਪੰਕਤੀ ਨੇ ਨਿਬੇੜ ਤੇ ਬਾਹਰਲੀ ਬਾਹਰੀ ਤੀਰਥ ਵੀ ਸੱਚਾ ਗਿਆਨ ਹੀ ਤੀਰਥ ਹੁੰਦਾ ਹੈ। ਸੱਚਾ ਗਿਆਨ ਸੁਣਦਿਆਂ ਸਾਰੇ ਤੀਰਥਾਂ ਦੇ ਨਹਾਉਣ ਹੋ ਗਏ, ਕਿੱਥੇ ਤੁਰੇ ਫਿਰਦੇ ਹੋ? ਇੱਕੋ ਹੀ ਬਸ, ਤੇ ਨਾਲ ਨਾਲ ਅੰਤਰੀ ਵੀ ਜੁੜ ਕੇ ਆਪਣੇ ਅੰਦਰ ਇਸ਼ਨਾਨ ਕਰਿਆ ਕਰੋ। ਅੰਤਰਗਤ ਤੀਰਥ ਮਲ ਨਹਾਓ ਅੰਦਰ। ਚਲੋ ਵਿਆਖਿਆ ਤਾਂ ਫਿਰ ਬਹੁਤ ਹੈ ਬਾਣੀ ਚੋਂ, ਤਾਂ ਅੰਤ ਨਹੀਂ ਕੋਈ। ਫਿਰ ਇਹ ਸਰੀਰ ਸਰਬਰ ਹੈ ਸੰਤੋ, ਇਸ਼ਨਾਨ ਕਰੇ ਲਿਵਲਾਈ। ਸਤਸੰਗੀਓ, ਇਹ ਸਰੀਰ ਹੀ ਸਰੋਵਰ ਹੈ, ਇਹਦੇ ਵਿੱਚੇ ਵਿੱਚ ਇਹਦੇ ਅੰਦਰੇ ਅੰਦਰੀ ਲਿਵਲਾ ਕੇ ਇਸ਼ਨਾਨ ਕਰਿਆ ਕਰੋ। ਆਪਣੇ ਸਰੀਰ ਰੂਪੀ ਸਰੋਵਰ ਦੇ ਵਿੱਚ ਕੋਈ ਵਿਰਲਾ ਹੀ ਨਹਾਉਂਦਾ। ਬੋਲੋ ਸਤਨਾਮ, ਪੰਕਤੀ ਫਿਰ ਯਾਦ ਕਰ ਲਓ। ਇਹ ਸਰੀਰ ਸਰਬਰ ਹੈ ਸੰਤੋ, ਸੰਤੋ ਦਾ ਬੋਲੋ ਸਤਸੰਗੀਓ, ਆਹ ਸਰੀਰ ਸਰੋਵਰ ਹੈ। ਇਹ ਸਰੀਰ ਸਰਬਰ ਹੈ ਸੰਤੋ, ਇਸ਼ਨਾਨ ਕਰੇ ਲਿਵਲਾਈ। ਇਹ ਗੁਰੂ ਦਾ ਗਿਆਨ। ਚਲੋ ਜੋ ਏਦਾਂ ਜਦੋਂ ਗੁਰੂ ਪ੍ਰਗਟ ਹੋ ਗਿਆ ਫਿਰ ਤਾਂ ਸਾਰੇ ਚੱਕਰ ਨਿਬੜ ਗਏ। ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ ਕਿਉਂਕਿ ਅੱਗੇ ਜਾ ਕੇ ਅੱਗੇ ਜਥੇ ਵਾਲਿਆਂ ਦੀਆਂ ਫਿਰ ਜਾ ਕੇ ਰਾਤ ਨੂੰ ਡਿਊਟੀਆਂ ਵੀ ਹੈ ਵੱਖ ਵੱਖ। ਇਸ ਕਰਕੇ ਪੌੜੀ ਮੈਂ ਅੱਖਰੀ ਅਰਥ ਕਰ ਜਾਵਾਂ ਸਿਰਫ, ਫਿਰ ਸਮਾਪਤੀ। ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟਿਆ ਬਹੁਤ ਇਹ 'ਤੇ ਲੱਗ ਗਿਆ ਸਾਰਾ ਦਬਾਣ। ਨਿਗਾਹ ਹੋ ਗਿਆ ਨਾ ਪ੍ਰਗਟ, ਮੇਰਾ ਖਿਆਲ ਜਿਨ੍ਹਾਂ ਨੇ ਧਿਆਨ ਲਾ ਕੇ ਸੁਣੇ ਹੋ ਗਿਆ ਪ੍ਰਗਟ, ਇਹ ਸੁਰਤ 'ਚ ਵੱਸ ਗਿਆ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਨਿਗਾਹ ਮਾਰੂ ਵੀ ਧੁੰਦ ਜੀ ਮਿੱਟੀ ਨਾ, ਹੋ ਗਿਆ ਨਾ ਚਾਨਣ ਜਿਹਾ, ਚੱਕਤੀ ਧੁੰਦ ਬਾਬੇ ਨੇ ਸਾਰੀ। ਸੱਚੇ ਗਿਆਨ ਨੇ ਧੁੰਦ ਚੱਕਤੀ, ਅਗਿਆਨਤਾ ਦਾ ਗੁਬਾਰ ਚੱਕਤਾ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ, ਅੰਧੇਰ ਪਲੋਆ। ਕਹਿੰਦੇ ਜਿਵੇਂ ਨਾ ਸੂਰਜ ਨਿਕਲਦਾ, ਉਦਾਹਰਣ ਹੈ ਨਾ, ਤਾਂ ਸੂਰਜ ਨਿਕਲ, ਜਿਉਂ ਕਰ ਸੂਰਜ ਨੇ ਕੀ ਹੁੰਦਾ, ਤਾਰੇ ਛੱਪ ਜਾਂਦੇ ਆ, ਤਾਰੇ ਛੱਪ ਅਲੋਪ ਹੋ ਜਾਂਦੇ ਆ, ਤਾਂ ਤਾਰੇ ਛੱਪ ਅੰਧੇਰ ਪਲੋਆ, ਹਨੇਰਾ ਖਤਮ ਹੋ ਜਾਂਦਾ। ਤਾਰੇ ਸਮਝ ਗਏ ਨਾ, ਡਲਕਾਂ ਮਾਰਦੇ ਹੁੰਦੇ ਆ ਨਾ, ਤਾਰਿਆਂ ਦੀਆਂ ਡਲਕਾਂ ਫੋਕੀਆਂ ਹੁੰਦੀਆਂ। ਕੀ ਤਾਰਿਆਂ ਦਾ ਚਾਨਣ ਕਿਸੇ ਨੂੰ ਰਾਹ ਦਿਖਾ ਸਕਦਾ? ਭਾਵ ਸਮਝ ਗਏ ਹੋਗੇ, ਤਾਰੇ ਚਮਕਦੇ ਹਨੇਰੇ ਵਿੱਚ ਹੀ ਹੁੰਦੇ ਆ, ਤੇ ਤਾਰੇ ਚਾਹੁੰਦੇ ਵੀ ਆ ਵੀ ਹਨੇਰੇ ਹੀ ਰਹੇ, ਹਨੇਰੇ ਚਾਹੁੰਦੇ ਆ ਨਾ, ਤਾਰੇ ਕੌਣ ਸਮਝ ਗਏ ਕਿ ਨਾ। ਤਾਰੇ ਛੱਪ ਫੋਕੀਆਂ ਚਮਕਾਂ, ਜੋ ਵੀ ਕਹਿੰਦੇ ਸਾਡੇ ਕੋਲ ਬੜੀਆਂ ਰਹਿਤੀਆਂ ਸਿੱਧੀਆਂ, ਅਸੀਂ ਊਂ ਕਰ ਦਈਏ, ਅਸੀਂ ਜੂੰ ਕਰ ਦਈਏ। ਕੋਈ ਤੰਤਰ ਕਹਿੰਦਾ ਮੇਰੇ ਕੋਲ ਬੜੀਆਂ ਸ਼ਕਤੀਆਂ, ਕੋਈ ਕਹਿੰਦਾ ਮੈਂ ਕਰਦਿਆਂ ਵਾ। ਜਿਹੜੇ ਫੋਕੋ ਜੇ ਦਾਅਵੇ ਕਰਦੇ, ਬੜੇ ਬੜੇ ਦਾਅਵੇ ਕਰਨ ਵਾਲੇ, ਜਿਹੜੇ ਬੜੇ ਬੜੇ ਦਾਅਵੇ ਕਰਨ ਵਾਲੇ ਤਾਂਤਰਿਕ ਲੋਕ, ਯੋਗੀ ਲੋਕ, ਸ਼ਕਤੀਆਂ ਵਾਲੇ ਕਹਾਉਣ ਵਾਲੇ, ਹੁਣ ਲੱਭੇ ਨਹੀਂ ਥੇ ਆਉਂਦੇ। ਬੋਲੋ ਸਤਨਾਮ। ਫੋਕੀਆਂ ਚਮਕ ਹੀ ਮਾਰਦੇ ਸੀ, ਫੋਕੀ ਵੱਡੇ ਵੱਡੇ ਡੇਰੇ, ਵੱਡੀਆਂ ਗੱਦੀਆਂ, ਵੱਡੀਆਂ ਜਟਾਵਾਂ, ਬੜਾ ਕੁਛ, ਵੱਡਾ ਹੀ ਵੱਡਾ, ਬੱਲੇ ਬੱਲੇ ਬੱਲੇ, ਇੰਨੇ ਚਮਕਦੇ ਸੀਗੇ ਨਾ, ਛੱਪ ਗਏ, ਲੱਭੇ ਨਹੀਂ ਥੇ ਆਉਂਦੇ ਕਿਤੇ। ਹਨੇਰੇ 'ਚ ਡਾਕਾ ਮਾਰਦੇ ਆ ਜਿਹੜੇ ਕਹਿੰਦੇ ਸੀ। ਤੇ ਗੁਰੂ ਸਾਹਿਬ ਨੇ ਬਾਣੀ 'ਚ ਬੜੀ ਪਿਆਰੀ ਪੰਕਤੀ ਕਹੀ, ਉਹ ਵੀ ਸੁਣ ਲਓ ਨਾਲ ਆ ਗਈ ਗੱਲ। ਗੁਰੂ ਸਾਹਿਬ ਕਹਿੰਦੇ, ਤੁਸੀਂ ਦਾਅਵੇ ਕਰਦੇ ਹੋ ਵੀ ਸਾਡੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ, ਬੜੀਆਂ ਤਾਕਤਾਂ ਸਾਡੇ ਕੋਲ। ਗੁਰੂ ਸਾਹਿਬ ਕਹਿੰਦੇ, ਭਲਾ ਐਂ ਦੱਸੋ, ਆ ਸੁਣਿਓ ਮਾੜਾ ਧਿਆਨ ਨਾਲ, ਰਿੱਧ ਸਿੱਧ ਜਾ ਕਉ ਫੁਰੀ। ਆ ਕੀ ਪੰਕਤੀ ਧਿਆਨ ਸਾਰਿਆਂ ਦੇ, ਕਿਉਂਕਿ ਆਪਾਂ ਇੱਦਾਂ ਦਿਮਾਗ ਲਾਉਣਾ ਹੌਲੀ ਹੌਲੀ। ਰਿੱਧ ਸਿੱਧ ਜਾ ਕੋ ਫੁਰੀ, ਤਬ ਕਾਹੂ ਸਿਉਂ ਕਿਆ ਕਾਜ। ਗੁਰੂ ਬਾਬਾ ਜੀ ਕਹਿੰਦੇ, ਐਂ ਦੱਸੋ ਵੀ ਜਿਹਨੂੰ ਰਿੱਧੀ ਸਿੱਧੀ ਫੁਰਿਆਈ, ਤੁਸੀਂ ਕਹਿੰਦੇ ਸਾਡੇ ਕੋਲ ਰਿੱਧੀਆਂ ਸਿੱਧੀਆਂ, ਰਿੱਧ ਸਿੱਧ ਜਾ ਕੋ ਫੁਰੀ, ਤਬ ਕਾਹੂ ਸਿਉਂ ਕਿਆ ਕਾਜ। ਕਹਿੰਦੇ ਉਹਦਾ ਕਿਸੇ ਨਾਲ ਕੀ ਕੰਮ ਰਹਿ ਗਿਆ, ਉਹਦਾ ਕਿਸੇ ਨਾਲ ਕੀ ਕੰਮ ਰਹਿ ਗਿਆ, ਉਹਦੇ ਕੋਲ ਤਾਂ ਰਿੱਧੀਆਂ ਸਿੱਧੀਆਂ ਆ ਗਈਆਂ। ਪਰ ਅੱਗੇ ਕੀ ਲਿਖਿਆ, ਤੇਰੇ ਕਹਿਣੇ ਕੀ ਗੱਤ ਕਿਆ ਕਹੋ। ਗੁਰੂ ਜੀ ਕਹਿੰਦੇ, ਰਿੱਧੀਆਂ ਸਿੱਧੀਆਂ ਦਾ ਦਾਅਵਾ ਕਰਨ ਵਾਲਿਆ, ਤੇਰੇ ਕਹਿਣ ਦੀ ਹਾਲਤ ਕੀ ਹੋ ਰਹੀ ਹੈ, ਮੈਂ ਕੀ ਕਹਾਂ, ਤੇਰੇ ਕਹਿਣੇ ਕੀ ਗੱਤ ਕਿਆ ਕਹੂੰ ਦਾ ਭਾਵ ਸਮਝੀਏ ਕਿ ਨਾ, ਕਿ ਖੋਲਦਿਆਂ ਫਿਰ ਸਮਝ ਆਊ ਭਾਵ। ਗੁਰੂ ਜੀ ਹੱਸ ਪਏ, ਹੱਸਦਾ ਬਾਬਾ, ਉੱਥੇ ਫਿਰ ਗੱਲ ਆ ਗਈ, ਹੱਸ ਪਿਆ ਜਿਹੜਾ ਕਹਿੰਦਾ ਰਿੱਧੀਆਂ ਸਿੱਧੀਆਂ ਮੇਰੇ ਕੋਲ, ਹੱਸਿਆ ਕਿਉਂ? ਗੁਰੂ ਬਾਬਾ ਜੀ ਕਹਿੰਦੇ, ਦੇਖੀ ਕਹਿੰਦਾ ਰਿੱਧੀਆਂ ਸਿੱਧੀਆਂ ਮੇਰੇ ਕੋਲ, ਪਰ ਮੰਗਦਾ ਆਟਾ ਫਿਰਦਾ। ਬੋਲੋ ਸਤਨਾਮ। ਆਏ ਹਾਏ, ਤੇਰੇ ਵਾਸਤੇ ਇਹਨਾਂ ਰਿੱਧੀਆਂ ਸਿੱਧੀਆਂ ਦੋ ਡੰਗ ਦਾ ਆਟਾ ਵੀ ਨਹੀਂ ਪੈਦਾ ਕੀਤਾ। ਕਹਿੰਦਾ ਤਾਕਤਾਂ ਬਹੁਤ ਹੈ ਮੇਰੇ ਕੋਲ,
ਪਰ ਹਾਲਤ ਕੀ ਹੋ ਰਹੀ ਹੈ ਤੇਰੇ ਕਹਿਣ ਦੀ ਹਾਲਤ ਹੈ ਤੂੰ ਆਪੀ ਦੇਖ ਲਾ ਤੇਰੇ ਇਸ਼ਾਰੇ ਸੱਤ ਪੁਰਸ਼ਾਂ ਦੇ ਤੇਰੇ ਕਹਿਣੇ ਕੀ ਗੱਤ ਕਿਆ ਕਹੋ ਮੈਂ ਬੋਲਤ ਹੀ ਵੰਡ ਲਾਜ ਗੁਰੂ ਬਾਬਾ ਜੀ ਕਹਿੰਦੇ ਮੈਨੂੰ ਤਾਂ ਤੇਰੇ ਵਰਗੇ ਨਾ ਗੱਲ ਕਰਦੇ ਵੀ ਸ਼ਰਮ ਆਉਂਦੀ ਹੈ ਕੀ ਤੁਹਾਨੂੰ ਕਹੀਏ ਕਹਿੰਦੇ ਤੁਹਾਡੇ ਵਰਗਾ ਨਾ ਗੱਲ ਕਰਦੇ ਵੀ ਸ਼ਰਮ ਆਉਂਦੀ ਹੈ ਮੈਂ ਬੋਲਤ ਹੀ ਵੰਡ ਲਾਜ ਇੱਦੀ ਲਿਖਿਆ ਬਾਣੀ 'ਚ ਉਹ ਸ਼ਰਮ ਆਉਂਦੀ ਹੈ ਇੰਨੇ ਇੰਨੇ ਜੁਰਬਾਣੇ ਆਏ ਜੁਰਮ ਜਰਬ ਧੱਕਾ ਹੁੰਦਾ ਸੀਗਾ ਕਿਸੇ ਰਿੱਧੀ ਸਿੱਧੀ ਕਿਸੇ ਕਰਾਮਾਤ ਨੇ ਕਿਸੇ ਜੁਰਬਾਣੇ ਦੀ ਲੱਤ ਵੀ ਨਹੀਂ ਭੰਨੀ ਬੋਲੋ ਸਤਨਾਮ ਜੇ ਕਿਸੇ ਇੱਕ ਦੀ ਲੱਤੀ ਭੰਨ ਦਿੰਦੇ ਮੰਤਰ ਮਾਰ ਕੇ ਭੰਨੀ ਬੋਲੋ ਨਾ ਦਾਅਵੇ ਤਾਂ ਕੀਤੇ ਸੀ ਤਵੀਤਾਂ ਧਾਕਾਂ ਨੇ ਕਹਿੰਦੇ ਨਹੀਂ ਕਰ ਦਿਆਂਗੇ ਫੌਜ ਜਿਹੜੀ ਇੱਥੇ ਦੀ ਹਕੂਮਤ ਸੀ ਨਾ ਪਠਾਣਾ ਦੀ ਉਹ ਤੰਤਰਕਾਂ ਦੇ ਕਾਬੂ 'ਚ ਆ ਗਈ ਸੀ ਉਹਨਾਂ ਦੇ ਗੱਲਾਂ ਮੰਨਣ ਲੱਗ ਗਏ ਸੀ ਫਿਰ ਹਾਲ ਕੀ ਹੋਇਆ ਪੜ੍ਹੋ ਬਾਬਰ ਦੇ ਹਮਲੇ ਵੇਲੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਵਿੱਚ ਮੰਤਰ ਮੁੱਛ ਮੁੱਛ ਪੋਇਰ ਲਾਇਆ ਕੋਈ ਮੁਗਲ ਨਾ ਹੋਵਾ ਅੰਧਾ ਕਿਨਿਆਂ ਨਾ ਪਰਚਾ ਲਾਇਆ ਮੁਗਲ ਪਠਾਣਾ ਭਾਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤਾਨ ਚਲਾਈ ਓਨੀ ਹਸਤ ਚੜਾਈ ਜਿਣਕੀ ਚੀਰੀ ਦਰਗਾਹ ਪਾਟੀ ਤੇਰੇ ਨਾਲ ਮਰਨਾ ਭਾਈ ਕੀ ਹਾਲ ਹੋਇਆ ਫਿਰ ਤੰਤਰਕਾਂ ਦੀਆਂ ਸ਼ਕਤੀਆਂ ਨੇ ਕਹਿੰਦੇ ਕਹਿੰਦੇ ਅਗਲਿਆਂ ਨੇ ਉਸ ਵੇਲੇ ਹਾਕਮਾਂ ਦੇ ਬੱਚੇ ਮੁੱਛ ਮੁੱਛ ਕੋਇਰ ਕੋਇਰ ਮਤਲਬ ਸਮਝ ਕੇ ਨਾ ਛੋਟੇ ਰਾਜਕੁਮਾਰ ਉਹ ਵੀ ਰੋਲਤੇ ਸੀ ਅੱਗਾਂ ਲਾਤੀਆਂ ਮਹਿਲਾਂ ਨੂੰ ਮੰਤਰ ਮਾਰਦੇ ਰਹੇ ਕਹਿੰਦੇ ਜਿਹੜੇ ਕਹਿੰਦੇ ਸੀ ਸਾਰੀ ਫੌਜ ਅੰਨੀ ਕਰ ਦੇਵਾਂਗੇ ਕਹਿੰਦੇ ਇੱਕ ਵੀ ਨਹੀਂ ਅੰਨਾ ਹੋਇਆ ਸਾਰੀ ਦਸ਼ਾ ਡੋਬ ਰਹੀ ਇੱਕ ਵੀ ਨਹੀਂ ਅੰਨਾ ਹੋਇਆ ਇੱਕ ਵੀ ਤਵੀਤਾਂ ਧਾਗਲਿਆਂ ਨੇ ਮਰਵਾਤੀ ਕਹਿੰਦੇ ਦੁਨੀਆਂ ਇਹ ਲਿਖਿਆ ਬਾਣੀ 'ਚ ਮੁਲਕ ਮਰਵਾਤਾ ਭੈਣ ਜੀ ਤਵੀਤਾਂ ਧਾਗਲਿਆਂ ਨੇ ਜੇ ਕਹਿੰਦੇ ਫਿਕਰ ਹੀ ਨਾ ਕਰੋ ਮੰਤਰ ਮਾਰ ਦਿਆਂਗੇ ਸ਼ਕਤੀਆਂ ਬੜੀਆਂ ਸਾਡੇ ਕੋਲ ਆਟਾ ਮੰਗਦੇ ਫਿਰਦੇ ਆ ਕਹਿੰਦੇ ਸ਼ਕਤੀਆਂ ਸਾਡੇ ਕੋਲ ਬਹੁਤ ਹੈ ਦੋ ਡੰਗ ਦੀ ਰੋਟੀ ਕਮਾਉਣ ਦੀ ਕਲਾ ਹੈ ਨਹੀਂ ਦੋ ਡੰਗ ਦੀ ਰੋਟੀ ਕਮਾਉਣ ਦੀ ਕਲਾ ਹੈ ਨਹੀਂ ਸ਼ਕਤੀਆਂ ਤਾਰੇ ਭਾਵ ਲੱਗ ਨਾ ਛਪ ਗਏ ਤਾਰੇ ਅਗਿਆਨੀ ਲੋਕਾਂ ਨੇ ਟਲਕਾਂ ਮਾਰਦੇ ਨਾ ਜਿਹੜੇ ਭੈਣਾਂ ਨੂੰ ਸਾਡੇ ਗਿਆਨ ਨਹੀਂ ਮਾਵਾਂ ਭੈਣ ਸਾਰੀਆਂ ਨਹੀਂ ਕਹਿੰਦਾ ਉਹ ਬਸ ਐਵੇਂ ਹੋ ਐਵੇਂ ਹੁੰਦਾ ਚੇਲੇ ਫਲਾ ਬਲਾਬਾ ਜੀ ਹਾਂ ਜੀ ਫਲਾਨਾ ਜੀ ਮਹਾਰਾਜ ਜੀ ਹਾਂ ਜੀ ਉਹ ਐਵੇਂ ਤੁਰੇ ਫਿਰਦੇ ਪਖੰਡੀਆਂ ਕੋਲ ਲਾਉਣੀਆਂ ਸੋ ਤਾਰੇ ਤਾਂ ਭਾਈ ਲੱਭੇ ਨਹੀਂ ਸਿਆਉਂਦੇ ਚੜ੍ਹਦਾ ਗਿਆਨ ਦਾ ਸੂਰਜ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵ ਲਈ ਭੰਨੀ ਜਾਏ ਨਾ ਧੀਰ ਧਰੋਆ ਜਦੋਂ ਗੁਰੂ ਬਾਬਾ ਜੀ ਨੇ ਨਾ ਸ਼ੇਰ ਗਰਜਨਾ ਦੇ ਵਿੱਚ ਸੱਚ ਦਾ ਹੁੱਕਾ ਮਾਰਿਆ ਜਿਵੇਂ ਸ਼ੇਰ ਗਾਈਦਾ ਹੁੰਦਾ ਬੱਬਰ ਸ਼ੇਰ ਨਧੜਕ ਹੋ ਕੇ ਗੁਰੂ ਬਾਬਾ ਜੀ ਨੇ ਹੁੱਕਾ ਮਾਰਿਆ ਸੱਚ ਦਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਮਿਰਗਾਂ ਦੀ ਡਾਰ ਭੱਜੀ ਤੁਰੀ ਜਾਂਦੀ ਹੈ ਮਿਰਗਾਵਲੀ ਭੰਨੀ ਨਾ ਧੀਰ ਧਰੋਆ ਇਹ ਮਿਰਗਾਂ ਦੀ ਡਾਰ ਨੇ ਹੌਸਲਾ ਨਹੀਂ ਧਰਿਆ ਹੌਸਲੇ ਟੁੱਟ ਗਏ ਕਿਹੜੀ ਮਿਰਗਾਂ ਦੀ ਡਾਰ ਲੋਕਾਂ ਨੂੰ ਲੁੱਟਣ ਵਾਲੇ ਪ੍ਰੋਤਾਦਕ ਕਾਜੀ ਮਲਾਣੀ ਜੋਗੀ ਤੰਤਰਕ ਜਿਹੜੇ ਕਹਿੰਦੇ ਸ਼ਕਤੀਆਂ ਦੇ ਮਾਲਕ ਕਹਾਉਣ ਵਾਲੇ ਆਪਣੇ ਆਪ ਨੂੰ ਉੱਡ ਗਏ ਸਭ ਮਿਰਗਾਂ ਦੀ ਡਾਰ ਭਜਾ ਤੀ ਗੁਰੂ ਬਾਬਾ ਜੀ ਨੇ ਐਸਾ ਹੋਕਾ ਮਾਰਿਆ ਸੱਚ ਦਾ ਲੱਭੇ ਨਹੀਂ ਸਿਆਉਂਦੇ ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ ਜਿੱਥੇ ਵੀ ਮੇਰੇ ਗੁਰੂ ਬਾਬਾ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਚਰਨ ਪਾਏ ਭਾਵ ਜਿੱਥੇ ਵੀ ਗੁਰੂ ਬਾਬਾ ਜੀ ਪਹੁੰਚੇ ਪੈਰ ਧਰੇ ਦਾ ਭਾਵ ਉਦਾਸੀਆਂ ਦੌਰਾਨ ਜਿੱਥੇ ਵੀ ਗੁਰੂ ਬਾਬਾ ਜੀ ਪਹੁੰਚੇ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ ਉੱਥੇ ਹੀ ਕਹਿੰਦੇ ਸਤਿਕਾਰਯੋਗ ਅਸਥਾਨ ਬਣ ਗਿਆ ਧਰਮਸ਼ਾਲਾ ਬਣ ਗਈ ਜਿੱਥੇ ਬੈਠ ਕੇ ਕੋਈ ਰੱਬ ਦੀ ਪਰਮੇਸ਼ਰ ਦੀ ਇਬਾਦਤ ਕਰਦੇ ਸੱਚੀ ਪੂਜਾ ਕਰਦੇ ਕਿਹੜੀ ਪੂਜਾ ਕੀਚੈ ਨਾਮ ਧਿਆਈਆ ਸਤਸੰਗ ਕਰਦੇ ਭਾਵ ਜਿਵੇਂ ਆਪਾਂ ਸਾਰੇ ਭੈਣ ਭਰਾ ਰਲ ਕੇ ਅੱਜ ਸੱਚੀ ਪੂਜਾ ਕੀਤੀ ਹੈ ਤਾਂ ਸੱਚੀ ਪੂਜਾ ਹੋ ਰਹੀ ਹੈ ਨਾ ਹਾਂਜੀ ਸੋ ਇੱਦਾਂ ਧਰਮਸ਼ਾਲਾ ਸਥਾਪਿਤ ਹੋਈ ਇਕੱਠੇ ਹੋ ਕੇ ਸਤਸੰਗੀ ਸਤਸੰਗ ਕਰਨੇ ਸ਼ੁਰੂ ਹੋਏ ਸਤਸੰਗਾਂ ਥਾਂ ਥਾਂ 'ਤੇ ਸ਼ੁਰੂ ਹੋ ਗਈਆਂ ਬਣਨੀਆਂ ਸੋ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮੱਤੇ ਜੇ ਕੋਆ ਕਹਿੰਦੇ ਜਿੰਨੇ ਵੀ ਸੰਸਾਰ ਦੇ ਪ੍ਰਸਿੱਧ ਅਸਥਾਨ ਸੀ ਜਿਵੇਂ ਨਾਨਕ ਮੱਤਾ ਆਦਿ ਉਦਾਹਰਣ ਦਿੱਤਾ ਭਾਵ ਕਿ ਗੁਰੂ ਸਾਹਿਬ ਦੇ ਗੁਰਮਤ ਲਾਗੂ ਹੋਈ ਜਿਵੇਂ ਗੋਰਖ ਮੱਤਾ ਸੀ ਨਾ ਯੂਪੀ ਦੇ ਵਿੱਚ ਉੱਥੇ ਐਸੀ ਗੋਸ਼ਟ ਐਸੀਆਂ ਵਿਚਾਰਾਂ ਹੋਈਆਂ ਫਿਰ ਉਹ ਗੋਰਖ ਮੱਤਾ ਨਾਨਕ ਮੱਤੇ ਵਿੱਚ ਬਦਲ ਗਿਆ ਭਾਵ ਕਿ ਗੋਰਖਾਂ ਦਾ ਪ੍ਰਸਿੱਧ ਅਸਥਾਨ ਗੁਰਮਤ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ ਹਾਂਜੀ ਗੁਰਮਤ ਅਤੇ ਅੱਜ ਮੈਨੂੰ ਮਾਫ਼ ਕਰਨਾ ਕਹਿੰਦੇ ਸਾਰੇ ਨਹੀਂ ਕਹਿੰਦਾ ਬਹੁਤੇ ਬਹੁਤੇ ਥਾਂ ਤਾਂ ਅੱਜ ਗੁਰਦੁਆਰੇ ਅਸੀਂ ਗੁਰੂ ਦੀ ਮਤ ਨਹੀਂ ਦੱਸਣ ਨੂੰ ਤਿਆਰ ਅਤੇ ਗੁਰਦੁਆਰਿਆਂ ਦੇ ਬਰਾਬਰ ਅੱਜ ਮਨਮੱਤਾਂ ਚਲਾਉਣ ਵਾਲਾ ਡੇਰਾਵਾਦ ਪੈਦਾ ਹੋ ਗਿਆ ਡੇਰਾਵਾਦ ਪੈਦਾ ਹੋ ਗਿਆ ਸਾਡੇ 'ਚ ਹਾਲਤ ਕੀ ਹੋ ਗਈ
ਇਸ ਕਰਕੇ ਉਸ ਵੇਲੇ ਤਾਂ ਗੋਰਖ ਮੱਤਾ ਵੀ ਨਾਨਕ ਮੱਤਾ ਬਣ ਗਿਆ। ਸਿੱਧ ਆਸਨ ਸਭ ਜਗਤ ਦੇ ਨਾਨਕ ਆਦਿ ਮੱਤੇ ਜੇ ਕੋਆ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਕਹਿੰਦੇ ਘਰ ਘਰ ਦੇ ਵਿੱਚ ਕੀਰਤਨ ਹੋ ਰਿਹਾ, ਮਾਲਕ ਦਾ ਜਸ ਹੋ ਰਿਹਾ, ਪਰਮੇਸ਼ਰ ਦੀ ਸਿਫਤ ਸਲਾਹ ਹੋ ਰਹੀ ਹੈ ਤੇ ਘਰ ਘਰ ਅੰਦਰ ਮੰਨ ਲਓ ਹਰ ਘਰ ਧਰਮਸ਼ਾਲਾ ਬਣ ਗਈ। ਸਿੱਖ ਨੇ ਆਪਣੇ ਘਰ ਨੂੰ ਕੀ ਬਣਾਉਣਾ ਜੀ? ਧਰਮਸ਼ਾਲਾ। ਧਰਮਸ਼ਾਲਾ ਬਣਾਉਣ ਦਾ ਭਾਵ ਸੌਖਾ ਸਮਝ ਲਓ ਵੀ ਜਿੱਦਾਂ ਧਰਮਸ਼ਾਲਾ ਚ ਅੱਜ ਅੱਜ ਗੁਰਦੁਆਰਾ ਸਾਹਿਬ ਕਹਿ ਦਿੰਦੇ ਹਾਂ ਆਪਾਂ, ਗੁਰਦੁਆਰਾ ਸਾਹਿਬ ਵਿੱਚ ਕੀਰਤਨ ਹੁੰਦਾ, ਕਥਾ ਹੁੰਦੀ ਹੈ, ਬਾਣੀ ਪੜ੍ਹੀ ਦੀ ਹੈ, ਇੱਦਾਂ ਹਰ ਸਿੱਖ ਦੇ ਘਰ ਦੇ ਵਿੱਚ ਵੀ ਬਾਣੀ ਪੜ੍ਹੇ, ਹਰ ਪਰਿਵਾਰ ਇਕੱਠਾ ਹੋ ਕੇ ਕਥਾ ਕਰੋ, ਸ਼ਬਦ ਦੀ ਆਸ ਚ ਵਿਚਾਰ ਕਰੋ, ਵਿਚਾਰ ਕਰੋ, ਜੋਟੀਆਂ ਚ ਸ਼ਬਦ ਗਾਓ। ਇੱਕ ਜਿਵੇਂ ਗੁਰਦੁਆਰਾ ਸਾਹਿਬ ਕੋਈ ਨਸ਼ਾ ਲੈ ਕੇ ਜਾਂ ਵਰਤ ਕੇ ਆ ਸਕਦਾ? ਨਹੀਂ ਆ ਸਕਦਾ। ਸਿੱਖ ਦਾ ਘਰ ਵੀ ਧਰਮਸ਼ਾਲਾ ਹੈ। ਰਿਸ਼ਤੇਦਾਰ ਭੈਣਾਂ ਭਰਾਵਾਂ ਨੂੰ ਦੱਸ ਦਿਓ, ਫੁੱਫੜ ਨੂੰ ਸਮਾਰ ਕੇ ਸਮਝਾ ਦਿਓ, ਠੀਕ ਹੈ ਵੀ ਇਹ ਤਾਂ ਇਹ ਜਿਹੜਾ ਘਰ ਹੈ ਇਹ ਧਰਮਸ਼ਾਲਾ ਹੈ, ਇਹ ਗੁਰੂ ਦਾ ਘਰ, ਇਸ ਤਾਂ ਗੁਰੂ ਦੇ ਘਰ ਵਿੱਚ ਰਹਿੰਦੇ ਹਾਂ, ਸਾਡਾ ਨਹੀਂ ਘਰ। ਇਸ ਘਰ ਦੇ ਵਿੱਚ ਕੋਈ ਵੀ ਨਸ਼ਾ ਵਰਤ ਕੇ ਜਾਂ ਲੈ ਕੇ ਨਹੀਂ ਆ ਸਕਦਾ। ਐਲਾਨ ਕਰ ਦਿਓ, ਐਲਾਨ ਕਰ ਦਿਓ। ਕਈਆਂ ਦਾ ਮਨ ਕਹੋ ਕੀ ਕਰੀਏ, ਭੈਣਾਂ ਕਹਿਣੀਆਂ, ਕਹਿੰਦਾ ਕਹਿਣ ਲੱਗ ਗਿਆ ਉਹ ਮਨ ਕੀ ਕਰੀਏ ਭਾਈ, ਵੀ ਗੱਲ ਤਾਂ ਸੱਚੀ ਹੈ ਪਰ ਕੀ ਕਰੀਏ ਵੀ ਭਾਈ, ਸਰਦਾਣੀ ਫਿਰ ਪ੍ਰਾਹੁਣੇ ਰਸਾਏ ਵੀ ਨਹੀਂ ਜਾਂਦੇ, ਬੋਲੋ ਸਤਨਾਮ। ਇੱਦਾਂ ਜੀ ਇੱਦਾਂ ਸਾਡੇ ਵੀ ਮਾਵਾਂ ਭੈਣਾਂ ਵੱਡੀ ਉਮਰ ਦੀਆਂ ਅਸੀਂ ਕਹਿੰਦੀਆਂ, ਮੈਂ ਸੁਣ ਤਾਂ ਨਹੀਂ ਕਹਿੰਦਾ ਸਾਡੇ ਵੀ, ਵੀ ਕੀ ਕਰੀਏ ਵੀ ਭਾਈ, ਕਬੀਲਦਾਰੀ ਹੈ, ਕਬੀਲਦਾਰੀ ਹੈ, ਕਬੀਲਦਾਰੀ ਕਿਧਰੇ ਨਹੀਂ ਖੜ੍ਹਦੀ, ਕਿਧਰੇ ਨਹੀਂ ਖੜ੍ਹਦੀ ਕਬੀਲਦਾਰੀ, ਸਮਝਾ ਦਿਓ। ਚਲੋ ਖੈਰ, ਪ੍ਰਚਾਰਕ ਹੋਣ ਦੇ ਨਾਤੇ ਮੈਂ ਸਪਸ਼ਟੀਕਰਨ ਦੇ ਦੇਵਾਂ ਆਪਣਾ। ਇਹ ਸਪਸ਼ਟੀਕਰਨ ਹੈ ਕਿ ਮੈਂ ਆਪਣੀ ਗੱਲ ਨਹੀਂ ਸੁਣਾ ਰਿਹਾ ਵੀ ਮੈਂ ਤਾਂ ਕਦੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ 'ਤੇ ਵੀ ਨਹੀਂ ਪੈਰ ਧਰਨ ਦਿੱਤਾ ਨਸ਼ਈ ਹਾਲਤ 'ਚ। ਆਮ ਆ ਜਾਓ ਭਾਈ, ਸਤਿਕਾਰ ਕਰਾਂਗੇ, ਸਬਜ਼ੀਆਂ ਇੱਕ ਸਾਡ ਦੋ ਬਣਾ ਦਿਆਂਗੇ। ਐਂ ਸਿੱਖ ਕੋਈ ਐਂ ਕੌੜੇ ਥੋੜ੍ਹਾ ਹੁੰਦੇ, ਸਿੱਖ ਅਸੂਲਾਂ ਦੇ ਪੱਕੇ ਹੈ। ਲੈ ਐਂ ਤਾਂ ਪ੍ਰਸ਼ਾਦ 'ਚ ਦਾਖਾਂ ਪਾ ਦਿਆਂਗੇ, ਕਾਜੂ ਵਾਲੀ ਖੀਰ ਬਣਾ ਦਿਆਂਗੇ, ਐਂ ਤਾਂ ਕੋਈ ਗੱਲ ਨਹੀਂ। ਪਰ ਪੈਗ ਵਾਲਾ ਕੰਮ ਨਹੀਂ ਚੱਲਣਾ ਵੀ ਫੁੱਫੜ ਤਾਂ ਪੀਂਦਾ ਫਿਰ ਨਾ ਹੀ ਭਾਈ, ਫਿਰ ਨਹੀਂ ਕਹਿੰਦੇ ਰੋਟੀ ਨੂੰ ਸਵਾਦ ਲੱਗਦੀ ਪੈਗ ਤੋਂ, ਫਿਰ ਨਹੀਂ। ਸੋ ਰਹੋ ਵਿਚਾਰ, ਧਰਮਸ਼ਾਲਾ ਦੀ ਗੱਲ ਚੱਲੀ ਸੀ ਨਾ, ਅਸੀਂ ਹਾਰ ਜਾਂਦੇ ਹਾਂ, ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ, ਸਾਥ ਪਾਏ ਕੁਹਾੜਾ ਮਾਰਿਆ ਗਾਫਲ, ਲੋਕ ਲਾਜ ਹਾਰ ਜਾਂਦੇ ਨਹੀਂ, ਛੱਡ ਦਿਓ ਛੱਡ ਦਿਓ। ਸੋ ਗੱਲ ਚੱਲੀਏ ਧਰਮਸ਼ਾਲਾ ਬਣਾਉਣਾ ਘਰ ਨੂੰ, ਜਿਵੇਂ ਗੁਰਦੁਆਰਾ ਸਾਹਿਬ ਨਸ਼ੇ ਨਹੀਂ ਚੱਲਦੇ, ਸਿੱਖ ਦੇ ਘਰ ਵੀ ਨਹੀਂ ਚੱਲਦੇ, ਜਿਵੇਂ ਧਰਮਸ਼ਾਲਾ ਦੇ ਵਿੱਚ ਧਰਮ ਸਥਾਨ 'ਤੇ ਕਹਿ ਲਓ ਲੱਚਰਵਾਦ ਲਾਇਆ ਜਾ ਸਕਦਾ, ਗੰਦੇ ਗੀਤ ਕਹਿ ਲਓ ਸਿੱਧੇ ਹੀ ਲਾਏ ਜਾ ਸਕਦੇ, ਬੋਲੋ ਬਸ, ਸਿੱਖ ਦੇ ਘਰੇ ਵੀ ਗੰਦੇ ਗੀਤ ਨਹੀਂ ਚੱਲ ਸਕਦੇ। ਤਾਂ ਮੰਨਿਆ ਜਾਊ ਸਿੱਖ ਦਾ ਘਰ ਵੀ ਧਰਮਸ਼ਾਲਾ ਹੈ, ਘਰ ਵਿੱਚ ਕਥਾ ਕੀਰਤਨ ਵੀ ਹੁੰਦਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਸਦਾ ਫਿਰ ਵਿਸਾਖੀ ਪੁਰਬ ਲੱਗਿਆ ਹੋਇਆ, ਭਾਵ ਉਹ ਸਿੱਖ ਦੇ ਘਰ ਵਿੱਚ ਖੇੜਾ ਹੈ, ਖੁਸ਼ੀਆਂ। ਵਿਸਾਖੀ ਪੁਰਬ ਸਮਝੀਏ ਨਾ, ਖੇੜਾ ਵੀ ਨਿੱਤੀ ਵਿਸਾਖੀ ਪੁਰਬ ਹੈ, ਇੱਕ ਦਿਨ ਨਹੀਂ, ਸਦਾ ਹੀ ਵਿਸਾਖੀ ਦਾ ਪੁਰਬ ਲੱਗਿਆ ਹੋਇਆ ਘਰਾਂ ਦੇ ਵਿੱਚ, ਅਤੇ ਨਹੀਂ ਤਾਂ ਘਰਾਂ 'ਚ ਕੀ ਲੱਗਿਆ ਹੋਇਆ ਜੇ ਗੁਰੂ ਦੀ ਮੱਤ ਨਹੀਂ, ਸਿਵਲ ਵਾਰ ਕੀ ਲੱਗਿਆ ਹੋਇਆ, ਅਤੇ ਘਰ ਕੀ ਬਣ ਗਿਆ, ਭੂਤਾਂ ਦਾ ਵਾੜਾ। ਅਤੇ ਸਾਡੀਆਂ ਭੈਣਾਂ ਚੇਲਿਆਂ ਨੂੰ ਪੁੱਛਦੀਆਂ ਜਾ ਕੇ ਕਿ ਵੀ ਭਾਈ ਸਾਡੇ ਘਰੇ ਪਤਾ ਨਹੀਂ ਕੀ ਬੜਿਆ, ਚਲੋ ਤਾਂ ਭਕਾਈ ਮਾਰੂ, ਜੇ ਮੈਨੂੰ ਕੀ ਪੁੱਛੇ ਮੈਂ ਕਹੂੰ ਤੁਹਾਡੇ ਘਰੇ ਤੁਸੀਂ ਬੜੇ ਹੋ ਬੀਬਾ, ਤੁਹਾਡੇ ਘਰੇ ਤੁਸੀਂ ਬੜੇ ਹੋ, ਤੁਹਾਡੀ ਬੇਇਤਫਾਕੀ ਹੋਣੀ ਹੈ। ਹਾਂਜੀ, ਬੇਇਤਫਾਕੀ ਸਿਵਲ ਵਾਰ, ਬੋਲ ਵਿਗੜ ਗਏ ਨਾ, ਵਿਗਲੇ ਬੋਲ ਵੀ ਸੁਣਾ ਦਿਆਂ, ਕਹਿੰਦਾ ਵਿੱਚ ਆਪਾਂ ਹਸਕੀ ਦਵਾਉਣ ਲਿਆ ਸਾਰਾ, ਵਿਗਲੇ ਬੋਲ, ਜਦੋਂ ਬੋਲ ਵਿਗੜ ਜਾਣ, ਜੇ ਤਾਂ ਆਪਸ ਵਿੱਚ ਇਤਫਾਕ ਹੋਵੇ, ਪਿਆਰ ਹੋਵੇ ਤਾਂ ਮੁੱਖੜਾ ਹੁੰਦਾ, ਜਦੋਂ ਬੋਲ ਵਿਗੜੇ ਹੋਣ, ਅੱਖਾਂ ਉਹੀ ਹੁੰਦੀਆਂ, ਚਿਹਰੇ ਉਹੀ ਹੁੰਦੇ ਨੇ, ਅੰਦਰ ਦੇ ਭਾਵ ਬਦਲ ਜਾਂਦੇ, ਪਾਸੇ ਵਗ ਜਾ, ਮੈਨੂੰ ਨਹੀਂ ਚੰਗਾ ਲੱਗਦਾ ਤੇਰਾ ਬੂਥਾ, ਆਹ ਬੜਿਆ ਹੋਇਆ ਘਰੇ। ਇਹ ਪੁੱਛਣਗੇ ਜਾ ਕੇ ਚੇਲਿਆਂ ਨੂੰ, ਬਾਬਾ ਸਾਡੇ ਘਰੇ ਕੀ ਬੜਿਆ, ਲਾਗੇ ਪਤਾ ਕੀ ਬੜਿਆ, ਭਾਵੇਂ ਇਹਨੂੰ ਬੇਇਤਫਾਕੀ ਦਾ ਭੂਤ ਕਹਿੰਦੇ ਆ, ਵੀ ਤੁਸੀਂ ਮਾਹੌਲ ਖਰਾਬ ਕੀਤਾ ਘਰੇ, ਤੇ ਅਸੀਂ ਪਤਾ ਨਹੀਂ ਕਿਹੜੇ ਹੋਰ ਭੂਤਾਂ ਨੂੰ ਪੁੱਛਦੇ ਫਿਰਦੇ। ਇਸ ਕਰਕੇ ਜਦੋਂ ਗੁਰੂ ਬਾਬਾ ਦੀਆਂ ਗੱਲਾਂ ਮੰਨ ਲਈਆਂ, ਘਰੇ ਘਰ ਤਾਂ ਧਰਮਸ਼ਾਲ ਬਣ ਗਈ, ਖੇੜੇ ਆ ਗਏ ਘਰੇ, ਖੇੜੇ ਖੇੜੇ। ਇਸ ਕਰਕੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, ਭਾਵ ਸਾਰੇ ਗਏ ਗੁਰੂ ਸਾਹਿਬ ਜੀ। ਇਹ ਤਾਂ ਖੜ ਜੇ ਲਗਾਤਾਰ ਕਥਾ ਕਰਨੀ ਹੋਵੇ ਨਾ ਗੁਰੂ ਬਾਬਾ ਜੀ ਦੇ ਜੀਵਨ ਦੀ, ਤਾਂ ਮੇਰਾ ਖਿਆਲ ਇੱਕ ਮਹੀਨਾ ਘੱਟੋ ਘੱਟ ਲੱਗਦਾ,
ਬਿਲਕੁਲ 1469 ਈਸਵੀ ਤੋਂ ਲੈ ਕੇ ਫਿਰ ਐਂ 1549 ਤੱਕ ਇੱਕ ਇੱਕ ਦਿਨ ਦੀ ਕਥਾ ਉਹ ਫਿਰ ਪੂਰਾ ਪਤਾ ਲੱਗਦਾ। ਸ਼ਾਇਦ ਤੁਸੀਂ ਸੁਣੀ ਹੋਣੀ ਆ, ਇਹ ਤਾਂ ਫਿਰ ਚੋਣਵੀਆਂ ਗੱਲਾਂ ਹੁੰਦੀਆਂ। ਹਾਂਜੀ, ਚਲੋ ਆਪਾਂ ਸਮਝ ਰਹੇ ਸੀ ਹੁਣ ਵੀ ਗੁਰੂ ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਨੌ ਖੰਡ ਪ੍ਰਥਮੀ ਭਾਵ ਪੂਰੀ ਮਨੁੱਖਤਾ ਨੂੰ ਮੰਨੋ ਸੱਚ ਦਾ ਸਹਾਰਾ ਮਿਲਿਆ, ਸੱਚ ਦਾ ਆਸਰਾ ਮਿਲ ਗਿਆ। ਕੈਸਾ ਸੱਚ? ਜਿਹੜਾ ਸੱਚ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ, ਉਹ ਸੱਚ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਸੱਚ ਯੂਨੀਵਰਸਲ ਹੁੰਦਾ, ਸੱਚ ਦੀ ਮਹਿਮਾ ਵੀ ਗਾਦਾ ਆ। ਸੱਚ ਕੀ ਹੁੰਦਾ? ਸਰਬ ਸਾਂਝਾ ਕਹਿ ਲਓ ਪਹਿਲਾਂ ਪੰਜਾਬੀ 'ਚ, ਕਈ ਵੇਲੇ ਲਹਿਜੇ ਥੋੜ੍ਹਾ ਜਵਾਨ ਚੜ੍ਹੇ ਹੁੰਦੇ ਨੇ। ਸੱਚ ਸਰਬ ਸਾਂਝਾ ਹੁੰਦਾ, ਫਿਰ ਦੁਬਾਰੇ ਯੂਨੀਵਰਸਲ ਕਹਿ ਸਕਦੇ ਹੁੰਦੇ ਆਪਾਂ। ਸੱਚ ਸਰਬ ਸਾਂਝਾ ਹੁੰਦਾ, ਬ੍ਰਹਿਮੰਡੀ ਹੁੰਦਾ, ਸਮਝ ਗਏ ਨਾ? ਸਰਬ ਸੱਚ ਸਮੇਂ ਸਥਾਨ ਤੋਂ ਵੀ ਪਰੇ ਹੁੰਦਾ। ਸੱਚ ਕੀ ਹੁੰਦਾ ਜੀ? ਸਮੇਂ ਸਥਾਨ ਤੋਂ ਪਰੇ, ਬਿਯੋਂਡ ਟਾਈਮ। ਸੱਚ ਨੂੰ ਜਾਤਾਂ ਗੋਤਾਂ ਵਰਨਾਂ ਮਜ਼ਬਾਂ ਦੇਸਾਂ ਨਸਲਾਂ ਵਿੱਚ ਵੰਡਿਆ ਨਹੀਂ ਜਾ ਸਕਦਾ, ਸੱਚ ਅਣਵੰਡਿਆ ਹੁੰਦਾ। ਨੋਟ ਕਰ ਲਓ ਸਾਰੀਆਂ ਗੱਲਾਂ, ਸੱਚ ਅਣਵੰਡਿਆ ਹੁੰਦਾ, ਸੱਚ ਸਰਬ ਸਾਂਝਾ ਹੁੰਦਾ, ਸੱਚ ਬ੍ਰਹਿਮੰਡੀ ਹੁੰਦਾ, ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਯਾਦ ਰੱਖਿਓ। ਅਤੇ ਸੱਚ ਸਾਰਿਆਂ ਦੀ ਦਵਾਈ ਹੈ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਈ ਸੱਚ। ਅਤੇ ਸੱਚ ਨੂੰ ਮੰਨਣ ਵਾਲੇ ਸੂਰਮੇ ਹੁੰਦੇ ਨੇ, ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਉਹ ਸੱਚ। ਅਤੇ ਸੱਚ ਇੱਕ ਗੱਲ ਜ਼ਰੂਰ ਕਹਿੰਦੇ ਹਾਂ, ਇਹ ਤੁਹਾਨੂੰ ਕਿਵੇਂ ਜਿਹੀ ਲੱਗੂਗੀ, ਸੱਚ ਬੇਲਿਹਾਜ ਵੀ ਹੁੰਦਾ। ਸੱਚ ਕੀ ਹੁੰਦਾ? ਬੇਲਿਹਾਜ। ਬੇਲਿਹਾਜ ਕਿਵੇਂ ਤੁਸੀਂ ਕਹੋਗੇ? ਵੀ ਸਿਧਾਂਤਕ ਰੂਪ 'ਚ ਬੇਲਿਹਾਜ ਸਮਝ ਗਏ ਨਾ? ਵੀ ਜਿਵੇਂ ਉਦਾਹਰਣ ਲੈ ਲਓ, ਸਮਝ ਆ ਜੇ ਵੀ ਭਗਤ ਨਾਮਦੇਵ ਜੀ ਨੂੰ ਸਮੇਂ ਦੇ ਹਾਕਮਾਂ ਨੇ ਫੜ ਲਿਆ, ਕਹਿੰਦਾ ਆਹ ਇੱਦਾਂ ਕਰ, ਰਾਮ ਰਾਮ ਛੱਡ ਕਹਿਣਾ, ਖੁਦਾ ਖੁਦਾ ਕਹਿ। ਜਦਕਿ ਭਗਤ ਨਾਮਦੇਵ ਜੀ ਜਾਣਦੇ ਹੈ ਵੀ ਰਾਮ ਖੁਦਾ ਵਾਹਿਗੁਰੂ ਸਤਨਾਮ ਇੱਕੋ ਹੀ ਹੈ, ਪਰ ਉਹ ਕਿ ਪ੍ਰੈਸ਼ਰ ਪਾ ਕੇ ਕਹਿੰਦਾ ਸੀ, ਨਾਮਦੇਵ ਨਹੀਂ ਮੰਨੇ। ਮਾਣੇ ਆ ਕੇ ਕਿਹਾ, ਪੁੱਤ ਜਾਨ ਬਚਾ, ਰਾਮ ਰਾਮ ਛੱਡ, ਖੁਦਾ ਖੁਦਾ ਕਹਿ ਲੈਣਾ ਸਾਹਮਣੇ। ਘਰੇ ਜਾ ਕੇ ਫਿਰ ਕਹਿ ਲਈ। ਭਗਤ ਨਾਮਦੇਵ ਨੇ ਕੀ ਕਿਹਾ? ਕਹਿੰਦੇ ਮਾਤਾ, ਇੱਥੇ ਤੂੰ ਗੱਲ ਬਿਲਕੁਲ ਗਲਤ ਕਰਤੀ ਹੈ, ਡਲਾਉਣੀ ਹੈ ਮੈਨੂੰ। ਚੰਗਾ ਫਿਰ, ਆਪਣਾ ਰਿਸ਼ਤਾ ਬੜਾ ਪਵਿੱਤਰ ਹੈ, ਪਰ ਨਾ ਤੂੰ ਮੇਰਾ ਪੂੰਗਰਾ, ਨਾ ਹੋਂ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ, ਇਹ ਪਿੰਡ ਪੜਾ ਤੋ ਹਰ ਗੁਣ ਆਏ। ਸੱਚ ਕਿੰਨਾ ਬੇਲਿਹਾਜ ਹੁੰਦਾ ਹੈ! ਮਾਂ, ਜੇ ਮੈਨੂੰ ਤੂੰ ਨਿਸ਼ਚਿਤ ਤੂੰ ਡਲਾਉਣੀ ਹੈ, ਫਿਰ ਮਿੱਠਾ ਜਿਹਾ ਲਾਂਭਾ ਦਿੱਤਾ, ਚੰਗਾ ਫਿਰ ਮਾਂ, ਅੱਜ ਤੋਂ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ। ਬੋਲੋ ਸਤਨਾਮ। ਭਾਵ ਸਿੱਖਿਆ ਲੈਣਾ ਵੀ ਮਾਂ ਨੇ ਤਾਂ ਦ੍ਰਿੜ ਕਰਨਾ ਹੁੰਦਾ, ਪਰ ਫਿਰ ਜੇ ਜੁੜੇ ਪੁੱਤ ਨੇ ਕਹਿਤਾ, ਫਿਰ ਗੁੱਸਾ ਨਾ ਕਰੀ ਮਾਂ, ਫਿਰ ਤੂੰ ਮੈਨੂੰ ਕਾਹਦੀ ਮਾਂ ਹੋਈ, ਤੈਨੂੰ ਡਲਾਉਣੀ ਹੈ ਸੱਚ ਰਾਹ ਤੋਂ। 14 ਸਾਲ ਦੇ ਪੁੱਤ ਨੇ ਮਾਧੋ ਸਿੰਘ ਕੀਤਾ ਸੀ ਨਾ ਗ੍ਰਿਫਤਾਰ, ਬਾਬਾ ਬੰਦਾ ਸਿੰਘ ਬਹਾਦਰ ਜੱਥੇ ਜੀ ਤਾਂ ਉਧਾਰਨਾਂ ਬਾਹਰੋਂ ਆ ਗਈਆਂ। ਉਸ ਵੇਲੇ ਮਾਤਰ ਨੇ ਕਹਿਤਾ ਸੀ ਨਾ ਮੇਰਾ ਪੁੱਤ ਸਿੱਖਣੀ, ਅਤੇ 14 ਸਾਲ ਦੇ ਮਾਧੋ ਸਿੰਘ ਨੇ ਕਹਿਤਾ ਸੀ ਮੇਰੀ ਮਾਂ ਝੂਠ ਬੋਲਦੀ ਹੈ ਜਲਾਦਾ, ਮੈਂ ਤਾਂ ਗੁਰੂ ਦਾ ਸਿੱਖ ਹਾਂ, ਛੇਤੀ ਦੇ ਨੇ ਪਹਿਲਾਂ ਮੈਨੂੰ ਸ਼ਹੀਦ ਕਰ। ਉੱਥੇ ਵੀ ਕਹਿਤਾ, ਭਾਵ ਸੱਚ ਬੇਲਿਹਾਜ ਹੁੰਦਾ, ਸੱਚ ਬੇਲਿਹਾਜ, ਸਾਰੇ ਰਿਸ਼ਤੇ ਨਾਤੇ ਸੱਚ ਤੋਂ ਥੱਲੇ ਰਹਿ ਜਾਂਦੇ। ਇਸ ਕਰਕੇ ਐਸਾ ਸੱਚ ਗੁਰੂ ਬਾਬਾ ਜੀ ਨੇ ਦ੍ਰਿੜ ਕਰਵਾਇਆ, ਸੱਚ ਉਹ ਸੱਚ ਦਾ ਆਸਰਾ ਲੈਣਾ। ਸੋ ਉਹ ਸੱਚ ਦਾ ਆਸਰਾ ਮਿਲ ਗਿਆ ਮਨੁੱਖਤਾ ਨੂੰ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇੱਦਾਂ ਮੁਖੀ ਸਤਿਗੁਰ ਜੀ ਕਲਯੁਗ ਦੇ ਵਿੱਚ ਪ੍ਰਗਟ ਹੋਏ। ਕਲਯੁਗ ਕਹਿ ਕੇ ਸਮਾਪਤੀ ਕਰਾਂ, ਕਲ ਦਾ ਅਰਥ ਕੀ ਹੁੰਦਾ? ਕਲਯੁਗ। ਕਲਯੁਗ ਦਾ ਅਰਥ ਕੀ ਹੁੰਦਾ? ਬਾਣੀ ਚੋਂ ਕਰਾਂਗੇ। ਹਾਂ, ਇਤਿਹਾਸ ਦੀ ਉਹ ਗੱਲ ਮੰਨਣ ਯੋਗ ਹੈ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਗੁਰਬਾਣੀ ਦੇ ਸਟੈਂਡਰਡ ਤੇ ਗੁਰਬਾਣੀ ਦੀ ਸਿੱਖਿਆ ਤੇ ਪੂਰੀ ਬੈਠਦੀ ਹੈ। ਜਿਹੜੀ ਗੱਲ ਗੁਰਬਾਣੀ ਮੁਤਾਬਕ ਮੈਚ ਨਹੀਂ ਕਰਦੀ, ਉਹ ਇਤਿਹਾਸ ਦੀ ਗੱਲ ਗਲਤ ਹੈ, ਇਹ 'ਚ ਕੋਈ ਸ਼ੱਕ ਨਹੀਂ। ਇਤਿਹਾਸਕ ਗ੍ਰੰਥ ਜਿਹੜੇ ਹੈਗੇ ਨੇ, ਇਉਂ ਕਹਿ ਲਓ ਵੀ ਬਹੁਤ ਵਾਰੀ ਤਾਂ ਨਾ ਰੇਤਾਂ ਛਾਣ ਕੇ ਮੋਤੀ ਲੱਭਣੇ ਪੈਂਦੇ ਹੈ। ਬੋਲੋ ਸਤਨਾਮ। ਇਤਿਹਾਸ ਵਾਲਾ ਮਸਲਾ ਇੰਨਾ। ਮੇਰੀ ਉਮਰ ਤਕਰੀਬਨ 56 ਸਾਲ ਹੋ ਗਈ, ਅਤੇ ਲੱਗਦਾ ਮੈਨੂੰ, ਮੈਂ 35 ਸਾਲ ਹੋ ਗਏ ਮੈਨੂੰ ਪੜ੍ਹਦੇ ਨੂੰ, ਪਰ ਅਜੇ ਤੱਕ ਨਹੀਂ, ਅਜੇ ਤੱਕ ਕਿਤੇ ਕਿਤੇ ਹਜੇ ਵੀ ਗੁੰਝਲਾਂ ਖੁੱਲੀਆਂ ਨੇ। ਇੰਨੀ ਕੰਟਰੋਵਰਸੀ ਇੰਨੀ ਆ, ਛਾਣਨਾ ਪੈਂਦਾ, ਬਹੁਤ ਕੁਛ ਛਾਣਨਾ ਪੈਂਦਾ। ਹਾਂਜੀ, ਸੌਖਾ ਨਹੀਂ ਕੋਈ ਜੀ ਵਿਸ਼ਾ, ਇਹ ਤਾਂ ਗੁਰਬਾਣੀ ਤਾਂ ਆਪਣਾ ਕੋਈ ਅਥੈਂਟਿਕ ਹੈ, ਸਿੱਧਾ ਸਪਸ਼ਟ ਹੈ, ਪਰ ਇਤਿਹਾਸ ਵਾਸਤੇ ਤਾਂ ਬਹੁਤ ਰੇਤ ਛਾਣਨਾ ਪੈਂਦਾ। ਮੇਰਾ ਇਸ਼ਾਰਾ ਸਮਝ ਗਏ ਹੋਣਗੇ।
ਪਰ ਇਹ ਵੀ ਯਾਦ ਰੱਖਿਓ ਕਈ ਕਹਿੰਦੇ ਜੀ ਕੂੜ ਕਵਾੜ ਛੱਡੋ, ਨਹੀਂ ਭਾਈ ਕਈ ਵਾਰੀ ਨਾ ਇਤਿਹਾਸ ਦੇ ਮੋਤੀ ਕੂੜ ਕਵਾੜ ਚੋਂ ਹੀ ਮਿਲਦੇ ਹੈ। ਦੇਖਦੇ ਹਾਂ ਆਪਾਂ ਕਈ ਵਾਰੀ ਜ਼ਰੂਰੀ ਚਰਨੀ ਬਹੁਤ ਵਧੀਆ ਚੀਜ਼ ਚਾਹੀਦੀ ਹੋਵੇ, ਕਈ ਵਾਰੀ ਕਬਾੜਖਾਨੇ ਚੋਂ ਮਿਲ ਜਾਂਦੀ ਹੈ, ਕਿਤੋਂ ਨਹੀਂ ਮਿਲਦੀ। ਬੋਲੋ ਸਤਨਾਮ। ਦੇਖਿਆ ਨੀ ਤੁਸੀਂ ਕਈ ਚੀਜ਼ਾਂ ਨਾ ਕਿਤੋਂ ਨਹੀਂ ਮਿਲੀਆਂ, ਕਈ ਦੁਕਾਨਾਂ 'ਤੇ ਜਾ ਆਏ, ਡੀਲਰਾਂ ਕੋਲ ਵੀ ਜਾ ਆਏ, ਡੀਲਰਾਂ ਕੋਲ ਇਸ਼ਾਰਾ ਸਮਝ ਲਿਓ, ਪਰ ਕਿੱਥੋਂ ਮਿਲ ਗਈ? ਕਬਾੜਖਾਨੇ 'ਚੋਂ ਮਿਲ ਗਈ, ਕਬਾੜਖਾਨੇ 'ਚੋਂ ਮਿਲ ਗਈ, ਡੀਲਰਾਂ ਤੋਂ ਨਹੀਂ ਮਿਲੀ, ਮੌਕੇ 'ਤੇ ਆ ਨਹੀਂ ਰਹੀ ਸੀ। ਕਹਿੰਦੇ ਇਸ਼ਾਰਾ ਸਮਝ ਗਏ। ਸੋ ਰਹੋ ਵਿਚਾਰ। ਸੋ ਆਪਾਂ ਸਮਝ ਰਹੇ ਸੀ ਕਲਯੁੱਗ ਕੀ ਹੈ, ਬਾਣੀ ਮੁਤਾਬਕ ਸਮਝ ਲਓ ਅੰਦਰ ਦੀ ਨਿਗਰੀ ਹਾਲਤ ਨੂੰ ਕੀ ਕਹਿੰਦੇ ਨੇ, ਕਲਯੁੱਗ ਕਿੱਥੇ ਜਨਮਦਾ ਹੈ, ਕਲਯੁੱਗ। ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕਹਿ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਆਪਣੇ ਗੁਰੂ ਬਾਬਾ ਜੀ ਕਹਿੰਦੇ ਇਸ ਕਲਯੁੱਗ ਦੀ ਜਿਹੜੀ ਹਾਲਤ ਹੈ ਨਾ, ਇਸ ਕਲਯੁੱਗ ਮੈਂ ਭਾਵ ਇਸ ਅੰਦਰ ਦੀ ਨਿਗਰੀ ਹਾਲਤ ਵਿੱਚ ਧਰਮ ਦਾ ਕੰਮ ਤਾਂ ਕੋਈ ਹੋ ਨਹੀਂ ਸਕਦਾ। ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕਾ ਘਰ ਹੋਈ। ਕਲਯੁੱਗ ਦਾ ਜਨਮ ਵਿਕਾਰੀ ਮਨੁੱਖ ਦੇ ਅੰਦਰ ਹੁੰਦਾ ਹੈ। ਮਨੁੱਖ ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹੈ, ਕਿੱਥੇ ਹੁੰਦਾ ਜੀ ਕਲਯੁੱਗ ਦਾ, ਕਿੱਥੇ ਜੰਮਦਾ? ਵਿਕਾਰੀ ਮਨੁੱਖ ਦੇ ਅੰਦਰ। ਕਲੀ ਕਾ ਜਨਮ ਚੰਡਾਲ ਕਾ ਘਰ ਹੋਈ, ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ। ਗੁਰੂ ਬਾਬਾ ਜੀ ਕਹਿੰਦੇ ਨਾਮ ਤੋਂ, ਸੱਚੇ ਗਿਆਨ ਤੋਂ ਬਿਨਾਂ ਇਸ ਨਿਗਰੀ ਹਾਲਤ ਵਿੱਚੋਂ ਕੋਈ ਨਿਕਲ ਨਹੀਂ ਸਕਦਾ। ਇਸ ਕਲਯੁੱਗ ਦੀ ਹਾਲਤ ਨਿਗਰੀ ਚੋਂ ਕੱਢਦਾ ਕੌਣ ਹੈ? ਕਲਯੁੱਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ। ਗੁਰੂ ਕੱਢਦਾ ਇਸ ਅੰਦਰ ਦੀ ਨਿਗਰੀ ਹਾਲਤ ਵਿੱਚੋਂ। ਸੋ ਉਸ ਵੇਲੇ ਭਾਵ ਕਿ ਬਹੁਤ ਨਿਗਰੀ ਸੀ ਹਾਲਤ, ਆਪਾਂ ਕੱਲ੍ਹ ਨੂੰ ਸਮਝਾਂਗੇ ਕਿਵੇਂ ਨਿਗਰੀ ਸੀ, ਸਮਾਜਿਕ ਹਾਲਤ ਕਿਵੇਂ ਨਿਗਰੀ ਹੋਈ ਸੀ, ਪਰਿਵਾਰਕ ਹਾਲਤ ਹਾਲਾਤ ਕਿੱਦਾਂ ਦੇ ਸੀ, ਰਾਜਨੀਤਿਕ ਦਸ਼ਾ ਕਿੱਦਾਂ ਦੀ ਸੀ, ਇਹ ਆਪਾਂ ਥੋੜ੍ਹਾ ਕੱਲ੍ਹ ਨੂੰ ਵਿਚਾਰ ਲਵਾਂਗੇ ਵੀ ਕਿੱਦਾਂ ਕਲਯੁੱਗ ਦਾ ਭਾਵ ਕੀ ਹੈ। ਸੋ ਇੱਦਾਂ ਜਿਸ ਵੇਲੇ ਬਹੁਤ ਨਿਘਾਰ ਆ ਚੁੱਕਿਆ ਸੀ ਲੁਕਾਈ ਦੇ ਵਿੱਚ, ਉਸ ਵੇਲੇ ਗੁਰੂ ਨਾਨਕ ਬਾਬਾ ਜੀ ਪ੍ਰਗਟ ਹੋਏ ਅਤੇ ਇਸ ਕਲਯੁੱਗ ਦੇ ਵਿੱਚੋਂ ਮਨੁੱਖਤਾ ਨੂੰ ਕੱਢਿਆ। ਫੇਰ ਪੜ੍ਹ ਲਓ, ਗੁਰਮੁਖ ਕਲ ਵਿੱਚ ਪ੍ਰਗਟ ਹੋ ਗਿਆ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਛੇ ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸੁਖ ਮਨ ਆਏ ਬਸ ਆ ਜਿਨ ਇੱਛਾ ਸਭ
सुनो वाड़ पाकी हो सागल ਕੋਟਾਨ ਕੋਟ ਧੰਨਵਾਦ ਸੰਗਤਾਂ ਦਾ ਧੰਨਵਾਦ ਪਿਆਰ ਦੇ ਨਾਲ ਸੁਣੇ ਅਰਦਾਸ ਵਿੱਚ ਇੱਕ ਮਨ ਹੋ ਜੁੜ ਜਾਈਏ ਤੂੰ ਠਾਕੁਰ ਤੋਂ ਮ